ਸਤਨਾਮ ਗੁਰੂ ਹਰਗੋਬਿੰਦ ਦੇ ਕੋਲ ਕਾਰੀਗਰਾਂ ਦੀ ਕੋਈ ਘਾਟ ਨਹੀਂ ਸੀ, ਮਾਇਆ ਦੀ ਕੋਈ ਘਾਟ ਨਹੀਂ ਸੀ, ਸਿੱਖਾਂ ਦੀ ਕੋਈ ਘਾਟ ਨਹੀਂ ਸੀ, ਪਰ ਉੱਥੇ ਸੱਚ ਦੇ ਧਰਮ ਦੇ ਗੁਰੂ ਕੀ ਸੰਗਤ ਡੰਕੇ ਦੇ ਉੱਤੇ ਚੋਟ ਲਾਉਣ ਵਾਸਤੇ ਔਰ ਸੱਚਾਈ ਝੂਠ ਦੇ ਉੱਤੇ ਜਿੱਤ ਪ੍ਰਾਪਤ ਕਰਨ ਵਾਸਤੇ, ਬਲੀ ਦੇ ਉੱਤੇ ਨੇਕੀ ਜਿੱਤ ਪ੍ਰਾਪਤ ਕਰਨ ਵਾਸਤੇ ਮਹਾਰਾਜ ਨੇ ਆਪਣੇ ਹੱਥੀਂ ਤਖ਼ਤ ਬਣਾਇਆ। ਲਓ ਜੀ, ਇੱਥੋਂ ਮੈਂ ਇਤਿਹਾਸ ਦੀ ਲੜੀ ਆਰੰਭ ਕਰਨੀ ਚਾਹੁੰਦਾ। ਪਹਿਲ ਕੇ ਦੋ ਤਲਵਾਰਾਂ ਮੋਢੇ ਤੀਰਾਂ ਦਾ ਪੱਥਰ ਹੱਥ ਵਿੱਚ ਲੈ ਕੇ, ਕਮਾਨ ਸੀਸ ਉੱਤੇ ਦਸਤਾਰ ਹੀਰਿਆਂ ਜਿਹੜੀ ਲਾ ਕੇ, ਕਲਗੀ ਮੁੱਠ ਉੱਤੇ ਕੀਨਾ ਬਾਜ ਲੈ ਕੇ, ਔਰ ਬਾਦਸ਼ਾਹ ਦੇ ਤਖ਼ਤ ਦੇ ਮੁਕਾਬਲੇ ਦੇ ਉੱਤੇ ਜ਼ਮੀਨ ਤੋਂ 12 ਫੁੱਟ ਉੱਚਾ ਕਾਲਾ ਦਾ ਰੱਖਿਓ ਫੋਕਸ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਚੌਂਕਾ ਮਾਰ ਕੇ ਬਹਿ ਗਏ। ਜਦੋਂ ਚੌਂਕੜਾ ਵੱਜਾ ਨਾ ਤੇ ਕਹਿੰਦੇ ਨੇ ਫਿਰ ਸਿੱਖ ਸੰਗਤਾਂ ਨੇ ਲਾ ਲਏ ਚੌਂਕੜੇ, ਬਹਾਦਰਾਂ ਦੇ ਲੂਣ ਕੰਡੇ ਨੇ। ਇੱਕ ਇੱਕ ਯੋਧਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨੂੰ ਉਡੀਕ ਰਿਹਾ ਹੈ ਕਿ ਕਰੋ ਬਿਜੀ ਤੇ ਬਿਜੀ ਦਾ ਮਾਲਕ ਹੁਕਮ ਦੇਵੇ ਤੇ ਇੱਥੋਂ ਅਡਾਰੀਆਂ ਲਾ ਕੇ ਦਿੱਲੀ ਪਹੁੰਚ ਜਾਈਏ ਤੇ ਬਾਦਸ਼ਾਹ ਦੇ ਕਿਰਿਆਂ ਦੇ ਮਨਾਰਿਆਂ ਦੀਆਂ ਇੱਟਾਂ ਇੱਟਾਂ ਕਰਕੇ ਰੱਖ ਦੇਈਏ, ਪਾ ਦੇਈਏ ਚੰਦੂ ਵਾਗਿਆਂ ਦੇ ਨੱਕ ਵਿੱਚ ਲਗੇਲ, ਸਿੱਖਾਂ ਦੇ ਅੰਦਰ ਦੀਆਂ ਭਾਵਨਾਵਾਂ ਸਮਝ ਕੇ। ਲਓ ਜੀ, ਪਹਿਣ ਕੇ ਦੋ ਤਲਵਾਰਾਂ ਤੇ ਮੇਰਾ ਧੰਨ ਗੁਰੂ ਹਰਗੋਬਿੰਦ ਸਾਹਿਬ ਅਕਾਲ ਦੇ ਤਖ਼ਤ ਦੇ ਥੜੇ ਦੇ ਉੱਤੇ ਉੱਠ ਕੇ ਖੜਾ ਹੋ ਗਿਆ। ਮਾਫ਼ ਕਰਿਓ ਵੀਰੋ, ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਢਾਡੀ ਹਾਂ ਤੇ ਢਾਡੀ ਤੋਂ ਭਾਵ ਹੁੰਦਾ ਹੈ ਵਾਰ। ਜੇ ਬੰਦੇ ਦੇ ਹਿਰਦੇ ਵਿੱਚੋਂ ਵਿਕਾਰ ਖਤਮ ਹੋ ਕੇ ਉਹਨੂੰ ਮੁੜ ਕੇ ਨਾ ਆਇਆ ਤੇ ਫਿਰ ਗੁਰੂ ਕੀ ਸੰਗਤ ਢਾਡੀ ਕਾਹਦਾ ਹੋਇਆ। ਗੱਜ ਕੇ ਆਖੋ ਸਤਨਾਮ। ਹੁਣ ਇੱਕ ਇੱਕ ਅੱਖਰ ਸੁਣਨ ਵਾਲਾ ਹੈ, ਛੇਵਾਂ ਪਾਤਸ਼ਾਹ ਹੱਥੀ ਬਣਾ ਕੇ ਅਕਾਲ ਦਾ ਤਖ਼ਤ, 700 ਸਾਲ ਪੁਰਾਣੀ ਗੁਲਾਮੀ ਦਾ ਜੂੜਾ ਸਾਡੇ ਘਰ ਵਿੱਚੋਂ ਲਾਉਣ ਵਾਸਤੇ, ਗੁਲਾਮੀ ਦੇ ਲੱਗੇ ਹੋਏ ਦਾਗ ਨੂੰ ਧੋਣ ਵਾਸਤੇ, ਬਈ ਮਹਾਰਾਜ ਸੱਜੇ ਪਾਤਸ਼ਾਹ ਜਵਾਨੀ ਦੀ ਉਮਰ, ਮਾਂ ਗੰਗਾ ਦਾ ਪੁੱਤਰ ਜਿਹੜਾ ਸੀ ਕਰਮਾਂ ਵਾਲੇ, ਉਹ 7.5 ਮਣ ਭਾਰਾ ਸੀ। ਮਾਫ਼ ਕਰਿਓ, 40 ਕਿਲੋ ਦਾ ਮਣ ਹੁੰਦਾ ਹੈ, ਸੱਦੂ ਚੌਕ 28 ਤੇ 20 ਕਹਿ ਲਓ ਕਿ 300 ਕਿਲੋਗ੍ਰਾਮ, 3 ਕੁਇੰਟਲ ਭਾਰ। ਔਰ ਜਿੱਥੋਂ ਤੱਕ ਮਹਾਰਾਜ ਜਾਂਦੇ ਸੀ, ਦੋ ਘੋੜੇ ਨਾਲ ਹੁੰਦੇ ਸੀ, ਇੱਕ ਘੋੜੇ ਤੇ ਸਵਾਰੀ ਕਰਦੇ ਸੀ, ਜਦੋਂ ਘੋੜੇ ਨੂੰ ਪਸੀਨਾ ਆ ਜਾਣਾ ਸਤਿਗੁਰੂ ਦੂਜੇ ਘੋੜੇ ਦੇ ਉੱਤੇ ਸਵਾਰੀ ਕਰ ਲੈਂਦੇ, ਔਰ 7.5 ਫੁੱਟ ਪੁੱਜੇ। ਲਓ ਜੀ, ਮਾਰ ਕੇ ਸ਼ਬਦ ਸੂਰਮਾ ਗੁਰੂ ਉੱਠਿਆ, ਉਹਦਾ ਹੱਥ ਗਿਆ ਮੀਰੀ ਦੀ ਤਲਵਾਰ ਉੱਤੇ, ਉਹਨੇ ਛਰ ਕਰਕੇ ਮਿਆਨ ਦੇ ਵਿੱਚੋਂ ਮੀਰੀ ਤਲਵਾਰ ਕੱਢੀ, 3.25 ਫੁੱਟੀ ਕਿਰਪਾਨ ਲੈ ਕੇ ਸਿੱਖ ਜਗਤ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਪਹਿਲਾ ਹੁਕਮ ਹੈ।
ਹਰਗੋਬਿੰਦ ਸਾਹਿਬ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਸਤੇ ਬਖਤ ਦੀ ਹਕੂਮਤ ਨੂੰ ਛਾਤੀ ਤਾਣ ਕੇ ਖਲੋ ਗਿਆ। ਪਰਮਾਤਮਾ ਦਾ ਰੂਪ ਹੋਵੇ, ਗੁਰੂ ਨਾਨਕ ਦੀ ਗੱਦੀ ਦਾ ਛੇਵਾਂ ਮਾਲਕ ਹੋਵੇ, ਲੱਖਾਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੈਠੀਆਂ ਹੋਣ ਤੇ ਉੱਠ ਕੇ ਖੜਾ ਹੋ ਕੇ ਇਹ ਗੱਲ ਕਵੇ, ਹੁਕਮ ਆਪਣਾ ਸੁਣਾ ਰਿਹਾ ਹੋਵੇ ਲੇਕਿਨ ਨਾਮ ਅਕਾਲ ਪੁਰਖ ਦਾ ਵਰਤ ਰਿਹਾ ਹੋਵੇ, ਗੱਜ ਕੇ ਆਖੋ ਸਤਨਾਮ। ਮਹਾਰਾਜ ਨੇ ਇਹ ਨਹੀਂ ਕਿਹਾ ਕਿ ਜੋ ਮੈਂ ਹੁਕਮ ਕਹਿਣ ਲੱਗਾ ਉਹਨੂੰ ਮੰਨੋ। ਸਤਿਗੁਰੂ ਕਹਿੰਦੇ ਜੋ ਆਇਆ ਹੁਕਮ ਅਕਾਲ ਦਾ ਮੈਂ ਆਖ ਸੁਣਾਵਾਂ। ਦੇਖੋ ਅੱਜ ਗੁਰੂ ਨਾਨਕ ਦੀ ਗੱਦੀ ਨੂੰ ਅਕਾਲ ਪੁਰਖ ਦਾ ਹੁਕਮ ਆ ਗਿਆ, ਇੱਕ ਨਗਾਰਿਆਂ ਦੇ ਉੱਤੇ ਚੋਟਾਂ ਲਾ ਲਿਓ। ਇਹ ਕੀਰਤਨ ਵਾਲਾ ਸਿਲਸਿਲਾ ਜਿਹੜਾ ਹੈ ਇਹ ਚੱਲਦਾ ਤੇ ਰਹੇਗਾ, ਪਰ ਹੁਣ ਜਿਹੜੀ ਗੱਲ ਹੈ ਨਾ ਮਾਲਾ ਜਿਹੜੀ ਹੈ ਨਾ ਮਾਲਾ ਮਾਲਾ ਦੇ ਨਾਲ ਹੁਣ ਗੱਲ ਤਵੀ ਤੋਂ ਤਲਵਾਰ ਤੱਕ ਲੈ ਕੇ ਜਾਣੀ। ਕਿ ਮਾਲਾ ਰੱਖ ਦਿਓ ਤੇ ਤਲਵਾਰ ਚੱਕ ਲਓ, ਗੱਜ ਕੇ ਆਖੋ ਸਤਨਾਮ। ਸਾਡੇ ਗੁਰੂਆਂ ਨੇ ਇਹ ਰਸਤਾ ਕਿਉਂ ਅਪਣਾਇਆ? ਭਗਤੀ ਵਾਲੇ ਸੀ, ਸ਼ਕਤੀ ਵਾਲੇ ਸੀ, ਅਕਾਲ ਪੁਰਖ ਦੀਆਂ ਰਹਿਮਤਾਂ ਵਾਲੇ ਸੀ, ਇਹਦੇ ਸੰਦੇ ਫੜ ਕੇ ਕਰਮਾਂ ਵਾਲੇ। ਭਾਗ ਹੋਇਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ, ਰੱਬ ਦੇ ਸੋਹੀਏ ਗਾ ਕੇ ਰੱਬ ਦੀ ਦੁਨੀਆਂ ਨੂੰ ਨਿਹਾਲ ਕਰਨ ਵਾਲੇ ਸੀ। ਪਰ ਜਦੋਂ ਵਕਤ ਦੀਆਂ ਹਕੂਮਤਾਂ ਨੂੰ ਰੱਬ ਦੇ ਸੋਹਲੇ ਉਹ ਚੰਗੇ ਨਾ ਲੱਗੇ, ਉਹਨਾਂ ਨੇ ਰੱਬ ਦੇ ਗੀਤ ਗਾਉਣ ਵਾਲਿਆਂ ਨੂੰ ਫੜ ਕੇ ਤਵੀਆਂ ਦੇ ਉੱਤੇ ਦੇਗਾਂ ਵਿੱਚ ਉਬਾਲ ਦਿੱਤਾ, ਤਵੀਆਂ ਦੇ ਉੱਤੇ ਸਾੜ ਦਿੱਤਾ, ਫਿਰ ਉਹਨਾਂ ਨੇ ਛੇਵਾਂ ਜਾਮਾ ਧਾਰਨ ਕਰਕੇ ਮਿਆਨ ਦੇ ਵਿੱਚੋਂ ਤਲਵਾਰ ਕੱਢ ਲਈ। ਇਹ ਹੁਕਮ ਕੀ ਕੀਤਾ? ਕਹਿੰਦੇ ਉਹ ਪ੍ਰਤਾਪੀ ਬਹਾਦਰ ਹੋ, ਸ਼ਾਂਤਮਈ ਰਹਿਣਾ ਨਿਰਾ ਸਿੱਖਿਆ ਨਹੀਂ। ਜੇ ਕੋਈ ਗਦਾਰੀ ਵੀ ਕਰਦਾ ਹੈ ਨਾ, ਜਾਂ ਕੋਈ ਸਮਝਦਾ ਹੈ ਕਿ ਮੈਂ ਜ਼ਿਆਦਾ ਚਲਾ ਤਾਂ ਮੈਂ ਠੇਡੀ ਵੀ ਲਾ ਜਾਵਾਂ, ਪਰ ਜਿਹਨਾਂ ਨੂੰ ਗੁਰੂ ਦਾ ਭਰੋਸਾ ਹੁੰਦਾ ਹੈ ਨਾ, ਜਾਂ ਜਿਹੜੇ ਨੇਕ ਇਨਸਾਨ ਹੁੰਦੇ ਨੇ, ਜਿਹੜੇ ਨੇਕੀਆਂ ਕਰਨ ਵਾਲੇ ਹੁੰਦੇ ਨੇ, ਜਿੱਤ ਹਮੇਸ਼ਾ ਹੀ ਉਹਨਾਂ ਦੇ ਕਦਮਾਂ ਨੂੰ ਆਣ ਕੇ ਚੁੰਮਦੀ ਹੈ। ਗੱਜ ਕੇ ਆਖੋ ਸਤਨਾਮ। ਵਾਹਿਗੁਰੂ ਨੇ ਤੁਹਾਨੂੰ ਬੜੀ ਵੱਡੀ ਸਫਲਤਾ ਦਿੱਤੀ ਹੈ। ਮੈਂ ਉਹ ਗੱਲ ਬਾਅਦ ਦੇ ਵਿੱਚ ਫਿਰ ਜ਼ਰੂਰ ਕਹਾਂਗਾ, ਕਿਸੇ ਤੋਂ ਸਾਨੂੰ ਕਰਮਾਂ ਵਾਲਿਓ ਕੋਈ ਖਤਰਾ ਨਹੀਂ, ਜੇ ਖਤਰਾ ਹੈ ਤੇ ਸਾਨੂੰ ਆਪਣੀਆਂ ਤੋਂ ਹੀ ਆ। ਗੱਜ ਕੇ ਆਖੋ ਸਤਨਾਮ। ਮੈਨੂੰ ਕੌਣ ਕੋਈ ਲੁੱਟ ਸਕਦਾ ਏ? ਮੇਰਾ ਸਤਿਗੁਰੂ ਕਿਰਪਾ ਕਰੇ, ਮੇਰਾ ਦਾਤਾ ਮਹਾਨ ਏ, ਮੇਰਾ ਦਾਤਾ ਮੇਰਾ ਵਾਹਿਗੁਰੂ ਮੇਰਾ ਪਰਮਾਤਮਾ, ਮੇਰੇ ਭੈਣਾਂ ਭਰਾ ਮਹਾਨ ਨੇ। ਖਾਲਸਾ ਜੀ ਧਿਆਨ ਦਿਓ, ਮਹਾਰਾਜ ਕਹਿੰਦੇ ਸ਼ਾਂਤ ਬਈ ਰਹਿਣਾ ਜਿਹੜਾ ਸਿੱਖਿਆ ਨਹੀਂ। ਫਿਰ ਕੌਮੀ ਅਣਖ ਨੂੰ ਮਾਰੇ ਕੋਈ ਸੱਤ ਦੁਸ਼ਮਣ, ਉੱਥੇ ਸ਼ਾਂਤੀ ਦਾ ਜਿੱਥੇ ਜਾਪ ਹੁੰਦਾ, ਉਸ ਵੇਲੇ ਕੋਈ ਜੰਮ ਦਾ ਸ਼ੇਰ ਬਣੂਆ, ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ, ਉਹ ਕੌਮਾਂ ਵਾਸਤੇ ਮਨ ਦਾ ਪਾਕ ਜਜ਼ਬਾ ਪੈਦਾ ਜਰਾਂ ਅੰਦਰ ਆਪਣੇ ਆਪ ਹੁੰਦਾ, ਕਿਉਂਕਿ ਜ਼ੁਲਮ ਕਰਨਾ ਵੀ ਹੁੰਦਾ ਇਹ ਪਾਪ, ਜੇ ਕਰਦਾ ਜ਼ੁਲਮ ਝੱਲਣਾ ਵੀ ਮਹਾਂ ਪਾਪ ਹੁੰਦਾ। ਆਹ ਗੱਲ ਨੋਟ ਕਰ ਲਓ, ਜੇ ਕਿਸੇ ਦੂਜੇ ਦੇ ਉੱਤੇ ਮੁਆਫ ਕਰਨਾ ਜ਼ੁਲਮ ਕਰਨਾ ਪਾਪ ਹੈ ਨਾ ਗੁਰਮਤ ਅਨੁਸਾਰ, ਤੇ ਮਹਾਰਾਜ ਕਹਿੰਦੇ ਅੰਦਰ ਵੜ ਕੇ ਤਲ ਵੱਟ ਕੇ ਚੁੱਪ ਕਰਕੇ ਕਿਸੇ ਦੂਜੇ ਦਾ ਜੁਰਮ ਸਹਿਣਾ ਜਿਹੜਾ ਉਹ ਮਹਾਂਪਾਪ ਹੈ। ਉੱਠੋ ਮਰਦ ਵੜ ਕੇ ਇੱਕ ਦਾ ਜਵਾਬ ਪੱਥਰ ਨਾਲ ਦੇਣ ਵਾਸਤੇ ਤਿਆਰ ਹੋ ਜਾਓ, ਤੇ ਛਾਤੀ ਪੈਣ ਕੇ ਜੁਰਮ ਦੇ ਜਬਰ ਦੇ ਸਾਹਮਣੇ ਸੂਰਮੇ ਬਣ ਕੇ ਹਿਮਾਲਿਆ ਪਰਬਤ ਦੀ ਤਰ੍ਹਾਂ ਚਟਾਨ ਬਣ ਕੇ ਖੜ ਜਾਓ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਭੈਣੋ, ਆ ਗੱਲ ਹੁਣ ਧਿਆਨ ਨਾਲ ਸੁਣਿਓ। ਮੈਂ ਕੋਈ ਬਨਾਵਟੀ ਬਚਨ ਨਹੀਂ ਜੇ ਕਰਨ ਲੱਗਾ। ਇੱਕ ਮਾਂ ਉੱਠ ਕੇ ਖੜੀ ਹੋ ਗਈ, ਮੇਰੀ ਪੀਰੀ ਵਾਲੇ ਆ, ਪੰਜ ਪੁੱਤਰਾਂ ਦੀਆਂ ਦਾਤਾਂ ਦਿੱਤੀਆਂ ਪੰਜਵੇਂ ਨਾਨਕ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ, ਤੇ ਪੰਜਾਂ ਪੁੱਤਰ ਲੈ ਕੇ ਤੇਰੇ ਦਰਬਾਰ ਦੇ ਵਿੱਚ ਹੱਥ ਬੰਨ ਕੇ ਖਲੋਤੀ ਆ। ਮੇਰੇ ਪੁੱਤਰ ਨੂੰ ਗਾਹ ਪਾਉਣ ਵਾਸਤੇ ਕੁੜਤਾ, ਤੇਲ ਪਾਉਣ ਵਾਸਤੇ ਕਸ਼ਹਿਰਾ, ਤੇ ਸਿਰ ਦੇ ਵਾਸਤੇ ਪਰਨਾ, ਤੇ ਦੋ ਟਾਈਮ ਰੋਟੀ ਦੇ ਦੇ, ਤਲੀ ਦੇ ਉੱਤੇ ਜਾਨ ਰੱਖ ਕੇ ਤੇਰੇ ਉੱਤੋਂ ਗੁਰੂ ਨਾਨਕ ਦੀ ਸਿੱਖੀ ਉੱਤੋਂ ਮੇਰੇ ਪੰਜੇ ਪੁੱਤਰ ਆਪਾ ਕੁਰਬਾਨ ਕਰ ਜਾਣਗੇ। ਗੱਜ ਕੇ ਆਖੋ ਸਤਨਾਮ। ਏਦਾਂ ਦੀਆਂ ਮਾਵਾਂ ਸੀ, ਇੱਕ ਹੋਰ ਮਾਂ ਉੱਠ ਕੇ ਖੜ ਗਈ, ਕਹਿੰਦੇ ਨੇ ਪਹਿਲੀ ਲਲਕਾਰ ਦੇ ਵਿੱਚ ਹੀ 100 ਮਰਦ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨਾਂ ਵਿੱਚ ਆ ਗਏ, ਦੂਜੇ ਦਿਨ 200 ਆ ਗਏ, 500 ਆ ਗਏ। ਭਾਈ ਰਾਏ ਜੋਧ ਵਰਗੇ ਜਿਨ੍ਹਾਂ ਦੀਆਂ ਮਾਲਤਾ ਜਿਹੜੀਆਂ ਨੇ ਇਹ ਮਾਲਵੇ ਦੇ ਹੀਰੇ ਸੀ ਕਰਨਾ ਵਾਲੇ, ਬਾਬਾ ਬਿਧੀ ਚੰਦ ਛੀਨੇ ਵਰਗੇ ਬਹਾਦਰ ਪ੍ਰਤਾਪੀ ਯੋਧੇ, ਭਾਈ ਜੇਠਾ ਜੀ ਵਰਗੇ ਗੁਰੂ ਕੀ ਸੰਗਤ, ਜਿਨ੍ਹਾਂ ਦਾ ਮੈਂ ਜੀਵਨ ਇਤਿਹਾਸ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਆਪਾਂ ਅੱਗੇ ਚਲੀਏ। ਵਕਤ ਦੀ CID ਬਾਦਸ਼ਾਹ ਜਹਾਂਗੀਰ ਦੇ 52 ਬੰਦੇ ਉਸ ਵੇਲੇ ਸਾਡੇ ਹਰਿਮੰਦਰ ਕੰਪਲੈਕਸ ਵਿੱਚ ਸਿੱਖਾਂ ਦੇ ਭੇਸ ਵਿੱਚ ਫਿਰਦੇ ਸੀ। ਇੰਟੈਲੀਜੈਂਸੀ ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਅੱਜ ਸਿੱਖ ਕੀ ਸਮਝਦੇ ਆ ਕਿ ਦਰਬਾਰ ਸਾਹਿਬ ਦੇ ਵਿੱਚ ਗੁਰੂ ਕੀ ਸੰਗਤ, ਉੱਥੇ ਕਿਤੇ ਗਵਰਨਮੈਂਟ ਦੀ ਇੰਟੈਲੀਜੈਂਸੀ ਨਹੀਂ।
ਮਾਫ ਕਰਿਓ ਅਸੀਂ ਦੁਨੀਆ ਘੁੰਮੀ ਹੈ, ਸਾਨੂੰ ਕੋਈ ਇਹੋ ਜਿਹਾ ਗੁਰਦੁਆਰਾ ਨਹੀਂ ਲੱਭਾ ਜਿੱਥੇ ਸਾਡੇ ਕੀਰਤਨ ਨੂੰ ਰਿਕਾਰਡਿੰਗ ਕਰਕੇ ਤੇ ਦਿੱਲੀ ਦੀ ਇੰਟੈਲੀਜੈਂਸੀ ਨੂੰ ਭੱਜਣ ਵਾਲੇ ਗੁਰੂ ਕੀ ਸੰਗਤ ਭੇਜਣ ਵਾਲੇ ਨਾ ਬੈਠੇ ਹੋਣ। ਸਿੱਖਾਂ ਦੇ ਭੇਸ ਵਿੱਚ ਐਡੀ ਵੱਡੀ ਅਕਿਰਤ ਘੰਟਾ, ਪਰ ਕਿਹਦਾ ਧੰਨ ਗੁਰੂ ਨਾਨਕ, ਧੰਨ ਗੁਰੂ ਗ੍ਰੰਥ ਸਾਹਿਬ ਆਖਾ ਹੈ ਦੁਨੀਆ ਦੀ ਕੋਈ ਤਾਕਤ ਉਹਨੂੰ ਮਿਟਾ ਨਹੀਂ ਕੇ ਸਕਦੀ, ਭਾਵੇਂ ਲੱਖਾਂ ਇੰਟੈਲੀਜੈਂਸੀਆਂ ਆ ਜਾਣ ਜੱਜ ਕੇ ਕਹਿ ਦਿਓ ਸਤਨਾਮ, ਪਰਵਾਹ ਨਹੀਂ ਕਿਸੇ ਗੱਲ ਦੀ, ਸੱਚ ਕਹਿਣਾ ਹੈ। ਵਾਹਿਗੁਰੂ ਸੱਜੇ ਪਾਤਸ਼ਾਹ ਜੀ ਦੀ ਪੋਰ ਲੈਣੀ ਹੈ, ਜਿਹੜੀ ਮੈਂ ਬੇਨਤੀ ਕਰ ਰਿਹਾ, ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹਾਂ, ਸਾਡਾ ਧਰਮ ਦਾ ਪ੍ਰਚਾਰ ਜਿਹੜਾ ਹੈ ਸਾਡੇ ਹਿਰਦੇ ਵਿੱਚੋਂ ਵਿਕਾਰ ਨੂੰ ਖਤਮ ਕਰਦਾ ਹੈ, ਤੇ ਇੱਕੋ ਹੀ ਗੱਲ ਸੁਣਾਉਂਦਾ ਹੈ ਕਿ ਸਾਚ ਕਹੂੰ ਸੁਣ ਲਿਓ ਸਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਝੂਠੀ ਗੱਲ ਕੋਈ ਕਰਨੀ ਨਹੀਂ ਹੈ ਤੇ ਸੱਚੀ ਗੱਲ ਤੋਂ ਗੁਰੂ ਕੀ ਸੰਗਤ ਕਿਸੇ ਨੇ ਡਰਨਾ ਨਹੀਂ ਹੋ। ਆਓ ਜਿਹੜੀ ਮੈਂ ਬੇਨਤੀ ਤੁਹਾਡੇ ਕਦਮਾਂ ਵਿੱਚ ਕਰ ਰਿਹਾ, ਉਹਨਾਂ ਨੇ ਪਲ ਪਲ ਦੀ ਰਿਪੋਰਟ ਬਾਦਸ਼ਾਹ ਜਹਾਂਗੀਰ ਨੂੰ ਦਿੱਤੀ। ਬਾਦਸ਼ਾਹ ਜਹਾਂਗੀਰ ਨੇ ਆਪਣੇ ਵਜ਼ੀਰਾਂ ਨੂੰ ਸਲਾਹ ਕੀਤੀ ਹੈ, ਮੇਰੇ ਮੁਕਾਬਲੇ ਦੇ ਉੱਤੇ 12 ਫੁੱਟ ਉੱਚਾ ਕਾਲ ਦਾ ਤਖ਼ਤ ਬਣ ਗਿਆ ਹੈ, ਦੋ ਤਲਵਾਰਾਂ ਮੋਢੇ ਤੀਰਾਂ ਦਾ ਪੱਥਾ ਹੱਥ ਵਿੱਚ ਕਮਾਨ ਲੈ ਕੇ ਛੇਵਾਂ ਗੁਰੂ ਆਪਣੀਆਂ ਫੌਜਾਂ ਭਰਤੀ ਕਰ ਲਿਆ। ਉਹ ਕਹਿੰਦੇ ਗੁਰੂ ਨਾਨਕ ਦੀ ਗੱਦੀ ਜਿਹਦੇ ਬਾਪੂ ਨੂੰ ਤਵੀਆਂ ਦੇ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ, ਤੇ ਬਾਦਸ਼ਾਹ ਹੁਣ ਉਹਨੇ ਖੈਰ ਨਹੀਂ ਉਹ ਕਰਨੀ, ਉਹਨਾਂ ਨੇ ਸਬਰ ਦੀ ਅੱਗ ਨੂੰ ਕਿਉਂ ਭੜਕਾਉਣਾ ਹੈ। ਇੱਕ ਵਾਰੀ ਗੁਰੂ ਅੱਖ ਪੱਟ ਕੇ ਵੇਖੇ ਤੇਰੀਆਂ ਲੱਖਾਂ ਬਾਦਸ਼ਾਹੀਆਂ ਜਿਹੜੀਆਂ ਨੇ ਉਹਨੂੰ ਮਿੱਟੀ ਵਿੱਚ ਬਰਬਾਦ ਕਰਕੇ ਰੱਖ ਦੇ, ਸਲਾਹ ਵਿੱਚ ਧੂੰਏ ਵਿੱਚ ਸਾੜ ਕੇ ਰੱਖ ਦੇ, ਤੂੰ ਕੀ ਚਾਹੁੰਦਾ ਹੈ ਕਿ ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਐਵੇਂ ਬੈਠੇ ਨੇ? ਸ਼ੈਤਾਨ ਬੜਾ ਸੀ, ਕਹਿੰਦਾ ਫਿਰ ਆਪਾਂ ਏਦਾਂ ਕਰਦੇ ਹਾਂ ਹੱਥ ਜੋੜ ਕੇ ਮਸਲਾ ਹੱਲ ਕਰ ਲੈਂਦੇ ਹਾਂ। ਉਸੇ ਵੇਲੇ ਸੁਰਕੇ ਮੋਤੀਆਂ ਨੇ ਥਾਲ ਭਰ ਕੇ ਐਲਕਾਰ ਕੋਲ ਦਿੱਤੇ, ਅੰਮ੍ਰਿਤਸਰ ਨੂੰ ਜਾਓ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹੋ ਕਿ ਬਾਦਸ਼ਾਹ ਤੁਹਾਡੇ ਚਰਨਾਂ ਦੇ ਉੱਤੇ ਸਜਦਾ ਕਰਨਾ ਚਾਹੁੰਦਾ, ਮੈਨੂੰ ਦਿੱਲੀ ਆ ਕੇ ਦਰਸ਼ਨ ਦਿਓ। ਇਹ ਰਾਜਨੀਤੀ ਹੈ ਬੱਚਿਓ, ਗੱਲ ਨੋਟ ਕਰੋ। ਜਦੋਂ ਦੇ ਅਹਿਕਾਰ ਆਏ ਕਿ ਸਿੱਖ ਸੰਗਤਾਂ ਵਿੱਚ ਘਬਰਾਹਟ ਹੋ ਗਈ, ਸੁਭਾਵਿਕ ਗੱਲ ਹੈ ਕਿ ਕੱਲ੍ਹ ਦੀ ਗੱਲ ਹੈ, ਇਸੇ ਬਾਦਸ਼ਾਹ ਨੇ ਪੰਚਮ ਗੁਰਦੇਵ ਨੂੰ ਲਾਹੌਰ ਸੱਦਿਆ ਸੀ, ਸਤਿਗੁਰੂ ਗਏ ਸੀ ਮੁੜ ਕੇ ਨਹੀਂ ਆਏ, ਇੰਨਾ ਕਹਿ ਕੀਤਾ ਪੰਜਵੇਂ ਗੁਰਾਂ ਤੇ, ਸਿੱਖਾਂ ਦੇ ਦਿਲਾਂ ਦੀ ਜਾਣ ਕੇ ਛੇਵੇਂ ਪਾਤਸ਼ਾਹ ਕਹਿੰਦੇ ਸਿੱਖੋ ਕਿਉਂ ਘਬਰਾਉਂਦੇ ਹੋ? ਹੁਣ ਰਾਵਣ ਦੀ ਲੰਕਾ ਨੂੰ ਸਾੜਨ ਦਾ ਵੇਲਾ ਆ ਗਿਆ ਹੈ, ਮੈਂ ਬਹੁਤ ਤਲਵਾਰਾਂ ਪਹਿਨ ਕੇ ਦਿੱਲੀ ਨੂੰ ਚੱਲਿਆ ਹਾਂ, ਮੇਰੇ ਮੋਢੇ ਤੀਰਾਂ ਦਾ ਪੱਥਾ ਮੇਰੇ ਹੱਥ ਵਿੱਚ ਕਮਾਨ ਹੈ ਕਿ ਬਾਦਸ਼ਾਹਾਂ ਵਾਲੀ ਕਲਗੀ ਮੇਰੇ ਤਾਜ ਦੇ ਉੱਤੇ ਲੱਗੀ ਹੋਈ, ਬਹਾਦਰ ਬਿਰੀ ਚੰਦ ਵਰਗੇ ਸੂਰਮੇ ਮੇਰੇ ਨਾਲ ਜਾਣਗੇ, ਦਿੱਲੀ ਦੀ ਇੱਜ਼ਤ ਕਰਕੇ ਰੱਖ ਦੇਵਾਂਗੇ, ਜੇ ਬਾਦਸ਼ਾਹ ਦੇ ਰੱਤੀ ਭਰ ਵੀ ਅੱਖ ਫੱਟ ਕੇ ਵੇਖਣ ਦਾ ਯਤਨ ਕੀਤਾ ਮੇਰੇ ਪੁੱਤਰੋ, ਹੌਸਲਾ ਰੱਖੋ। ਬਾਬਾ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਨੂੰ ਅੰਮ੍ਰਿਤਸਰ ਦੇ ਅਕਾਲ ਦੇ ਤਖ਼ਤ ਦੀ ਸੇਵਾ ਸੰਭਾਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 500 ਸਿੰਘਾਂ ਦਾ ਜਥਾ ਲੈ ਕੇ ਦਿੱਲੀ ਨੂੰ ਤੁਰ ਪਏ, ਉਸੇ ਵੇਲੇ ਵੇਖੋ ਇਹਨੂੰ ਕਹਿੰਦੇ ਨੇ ਚੜ੍ਹਤ। ਇੱਕ ਮੈਂ ਬੜਾ ਵੱਡਾ ਬਚਨ ਅੱਜ ਤੁਹਾਡੇ ਨਾਲ ਇੱਥੇ ਗੁਰੂਆਂ ਦੀ ਸ਼ਾਨ ਦਾ ਕਰਮਾਂ ਵਾਲੇ ਉਹ ਕਰਨਾ ਹੈ। ਜਮਨਾ ਦੇ ਕੰਢੇ ਦੇ ਉੱਤੇ ਇੱਕ ਗੁਰਦੁਆਰਾ ਹੈ ਮਜਨੂੰ ਕਾ ਟਿੱਲਾ, ਅਸੀਂ ਇਟਲੀ ਕੀਰਤਨ ਕਰੀਏ, ਬੇਨਤੀ ਕੀਤੀ ਗਈ ਜਮਨਾ ਦੇ ਕੰਢੇ ਤੇ ਗੁਰਦੁਆਰਾ ਹੈ ਮਜਨੂੰ ਕਾ ਟਿੱਲਾ, ਤੇ ਅੱਧੇ ਜ਼ਿਆਦੇ ਹੱਸਣ ਲੱਗ ਪਏ। ਮੈਂ ਕਿਹਾ ਹੱਸੇ ਕਿਹੜੀ ਗੱਲੋਂ, ਕਹਿੰਦੇ ਢਾਡੀ ਸਿੰਘ ਮਜਨੂੰ ਦੇ ਨਾਂ ਦੇ ਉੱਤੇ ਵੀ ਗੁਰਦੁਆਰੇ ਬਣ ਗਏ? ਬਲੇ ਉਹਨੇ ਕਿਹਾ ਗੁਰੂ ਨਾਨਕ ਦੀ ਗੋਦੀ ਵਿੱਚ ਬਹਿਣ ਵਾਲੇ ਹੋ ਸਿੱਖੋ, ਤੁਸੀਂ ਮਜਨੂੰ ਲੇਲਾ ਵਾਲੇ ਸਮਝੀ ਬੈਠੇ ਆ, ਇਹ ਨਹੀਂ ਧੰਨ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਬਾਬਾ ਮਜਨੂੰ, ਗੱਜ ਕੇ ਆਖੋ ਸਤਨਾਮ। ਜਦੋਂ ਗੁਰੂ ਨਾਨਕ ਦਿੱਲੀ ਗਏ ਨਾ ਮਰਦਾਨਾ ਨੂੰ ਲੈ ਕੇ, ਤੇ ਇਹਦੀ ਕੁੱਲੀ ਵਿੱਚ ਮਹਾਰਾਜ ਨੇ ਰਾਤ ਕੱਟੀ, ਇਹਨੇ ਉਹ ਸੇਵਾ ਕੀਤੀ, ਗੁਰੂ ਨਾਨਕ ਨੇ ਗੱਲ ਵੱਕੜੀ ਪਾ ਕੇ ਆਖਿਆ ਮਜਨੂੰ ਤੇਰੇ ਨਾਮ ਉੱਤੇ ਜਮਨਾ ਦੇ ਕੰਢੇ ਤੇ ਗੁਰਦੁਆਰਾ ਬਣੇਗਾ, ਪੰਜਾਬ ਦੀ ਧਰਤੀ ਚੋਂ ਮੇਰੇ ਸਿੱਖ ਆਇਆ ਕਰਨਗੇ, ਆਉਂਦਿਆਂ ਨੂੰ ਪਹਿਲਾਂ ਤੇਰੇ ਗੁਰਦੁਆਰੇ ਦੇ ਦਰਸ਼ਨ ਹੋਇਆ ਕਰਨਗੇ, ਗੱਜ ਕੇ ਆਖੋ ਸਤਨਾਮ। ਛੇਵੇਂ ਪਾਤਸ਼ਾਹ ਨੇ ਲੈ ਕੇ ਬਹਾਦਰ ਫੌਜਾਂ ਨੂੰ ਇੱਥੇ ਟਿਕਾਣਾ ਕਰ ਲਿਆ, ਪਾਤਸ਼ਾਹ ਨੂੰ ਖਬਰਾਂ ਹੋ ਗਈਆਂ, ਲਓ ਜੀ ਮੁਲਾਕਾਤ ਦਾ ਟਾਈਮ ਨਿਸ਼ਚਿਤ ਕੀਤਾ ਗਿਆ। ਸਭ ਤੋਂ ਪਹਿਲੀ ਵੱਡੀ ਸ਼ਾਨ ਇਹ ਦੇਖੋ, ਅੱਜ ਤੱਕ ਦੁਨੀਆ ਦੀ ਕਿਸੇ ਵੀ ਪਾਰਲੀਮੈਂਟ ਵਿੱਚ ਵਿਰੋਧੀ ਰਾਜਾ, ਚਾਹੇ ਉਹ ਬਾਦਸ਼ਾਹ ਚਾਹੇ ਉਹ ਸ਼ਹਿਨਸ਼ਾਹ ਚਾਹੇ ਕੋਈ ਵੀ ਹੋਵੇ, ਆਪਦੇ ਸ਼ਸਤਰ ਪਹਿਣ ਕੇ ਨਹੀਂ ਜਾ ਸਕਦਾ, ਨਾ ਕਦੇ ਪਹਿਲਾਂ ਤੇ ਨਾ ਕਦੇ ਬਾਅਦ ਵਿੱਚ। ਧਿਆਨ ਦੇਣ ਦਾ ਯਤਨ ਕਰਿਓ, ਇਹ ਧਰਤੀ ਦੀ ਤਾਰੀਖ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੇ ਸ਼ਸਤਰ ਮੀਰੀ ਤੇ ਪੀੜੀਆਂ ਤਲਵਾਰਾਂ ਤੀਰਾਂ ਦਾ ਪੱਥਾ ਕਮਾਨ ਕੀਨਾ ਬਾਜ ਕੇ ਕਲਗੀ ਲਾ ਕੇ ਘੋੜੇ ਉੱਤੇ ਚੜ੍ਹ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਪਹੁੰਚੇ ਨੇ, ਗੱਜ ਕੇ ਕਹਿ ਰਹੇ ਹੋ ਸਤਨਾਮ। ਨਿੱਕੀ ਜੀ ਕਿਰਪਾਨ ਲੈ ਕੇ ਬੈਠਾ ਰਿਹਾ, ਮਸਲੇ ਕੁਝ ਹੋਰ ਹੀ ਆ, ਗੱਜ ਕੇ ਕਹਿ ਰਹੇ ਹੋ ਸਤਨਾਮ। ਮੈਂ ਜੀ ਕਿਰਪਾਨ ਅੰਦਰ ਲੈ ਕੇ ਜਾਣਾ, ਸਭ ਤੋਂ ਵੱਡਾ ਸੰਵਿਧਾਨ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਸੀ, ਤੇ ਦੂਜਾ ਸੀ ਮੇਰੇ ਵੀਰੋ ਭੈਣੋ ਭਰਾਵੋ ਗੁਰੂ ਗੋਬਿੰਦ ਸਿੰਘ, ਜਿਹੜਾ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਜਦੋਂ ਉਹਨੂੰ ਤਾਰੇ ਆਦਮੀ ਨੂੰ ਮਾਰ ਕੇ ਜਾਜੋ ਪਿੰਡ ਦੀ ਲੜਾਈ ਮੈਦਾਨ ਦੇ ਵਿੱਚ, ਆਉਣ ਵਾਲੇ ਦਿਨਾਂ 'ਚ ਉਹ ਵੀ ਗੱਲਾਂ ਕਰਾਂਗੇ। ਅੱਗੇ ਚੱਲੀਏ,
ਮਹਾਰਾਜ ਦੇ ਚਰਨਾਂ ਦੇ ਉੱਤੇ ਝੁਕ ਗਿਆ ਵਕਤ ਦਾ ਬਾਦਸ਼ਾਹ ਜਹਾਂਗੀਰ ਸ਼ਾਨ ਵੇਖ ਕੇ ਨਰਾਲੀ ਗੁਰਾਂ ਦੀ ਮਿੱਤਰਤਾ ਕਾਇਮ ਹੋ ਗਈ। ਚੰਦੂ ਲਾਲ ਵਰਗਿਆਂ ਦੇ ਦਿਲ ਵਿੱਚ ਈਰਖਾ ਮੱਚ ਉੱਠੀ। ਕਹਿਣ ਲੱਗਾ ਚਲੋ ਗੁਰਦੇਵ ਪਿਤਾ ਜੀ ਸ਼ਿਕਾਰ ਨੂੰ ਚੱਲੀਏ। ਦਿੱਲੀ ਦੇ ਕੋਲ ਇੱਕ ਬੜੀ ਵੱਡੀ ਜੰਗਲ ਗਾਹ ਸੀ, ਹਾਲੇ ਸ਼ਿਕਾਰ ਨੂੰ ਨਿਕਲੇ ਨੇ। ਇੱਕ ਬੱਬਰ ਸ਼ੇਰ ਨੇ ਬਾਦਸ਼ਾਹ ਦੇ ਉੱਤੇ ਹਮਲਾ ਕੀਤਾ, ਸ਼ਿਕਾਰੀ ਦੌੜ ਗਿਆ ਜੀ, ਬਾਦਸ਼ਾਹ ਸ਼ੇਰ ਦੇ ਕਾਬੂ ਆ ਗਿਆ। ਉਹ ਵੇਖਿਆ ਇਹ ਆਪਣੀ ਪੋਜੀਸ਼ਨ ਲੈ ਕੇ ਹਮਲਾ ਕਰਨ ਲੱਗਾ ਬੱਬਰ ਸ਼ੇਰ, ਤਰਲਾ ਕੀਤਾ, ਅੱਜ ਕੋਈ ਸੂਰਮਾ ਮੈਦਾਨ ਵਿੱਚ ਆ ਕੇ ਮੈਨੂੰ ਇਹਦੇ ਤੋਂ ਬਚਾ ਦੇਵੇ, ਮੈਂ ਮੂੰਹ ਮੰਗੀ ਦੌਲਤ ਦਿਆਂਗਾ। ਕੋਈ ਹਿਰਦੇ ਵਿੱਚ ਲਾਲਚ ਨਹੀਂ, ਲੈ ਕੇ ਤੇਗ ਤੇ ਢਾਲ ਮਾਂ ਗੰਗਾ ਦਾ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਸ਼ੇਰ ਦੇ ਸਾਹਮਣੇ ਛਾਤੀ ਤਾਣ ਕੇ ਖਲੋ ਗਿਆ, ਗੱਜ ਕੇ ਆਖੋ ਸਤਨਾਮ, ਟੋਟੇ ਟੋਟੇ ਕਰਕੇ ਧਰਤੀ ਦੇ ਸਿਰ ਦਿੱਤਾ। ਬਾਦਸ਼ਾਹ ਕੰਮ ਉੱਠਿਆ, ਇਹ ਐਵੇਂ ਨਹੀਂ ਕੰਮ ਦੇ। ਜਦੋਂ ਹਮਾਜੂ ਗੁਰੂ ਅੰਗਦ ਉੱਤੇ ਤਲਵਾਰ ਦਾ ਵਾਰ ਕਰਨ ਲੱਗਾ ਸੀ, ਇਹ ਸਤਿਗੁਰ ਆਖਿਆ ਹੋਇਆ ਤਲਵਾਰ ਉਦੋਂ ਕਿੱਥੇ ਗਈ ਸੀ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਕੁੱਟ ਖਾ ਕੇ ਆਇਆ, ਇੱਧਰ ਨੂੰ ਭਜਾਉਣਾ ਹਾਰ ਕੇ, ਇਹ ਸੰਤਾਂ ਦੇ ਤਲਵਾਰ ਚਲਾਉਣਾ, ਤੈਨੂੰ ਵਿਖਾਈਏ ਤੋਂ ਕ੍ਰਿਸ਼ਮਾ। ਮਹਾਰਾਜ ਨੇ ਇਸ਼ਾਰਾ ਕੀਤਾ ਤੇ ਇੱਕ ਕੱਖਾਂ ਦੀ ਕੁੰਨੀ ਵਿੱਚੋਂ ਦੋ ਪਹਿਲਵਾਨ ਨਿਕਲੇ। ਧੰਨ ਗੁਰੂ ਅੰਗਦ ਵਰਗਾ ਕੁਸ਼ਤੀਆਂ ਦਾ ਸ਼ੌਕੀਨ ਦੁਨੀਆ ਵਿੱਚ ਕੋਈ ਨਹੀਂ, ਜੇ ਹੋਣਾ ਕਰਨਾ ਮਾਫ਼ ਕਰਨਾ ਗੁਰੂ ਦੇ ਪਿਆਰ ਵਾਲੇ ਪਹਿਲਵਾਨਾਂ ਨੂੰ ਇੰਨਾ ਪਿਆਰ ਕਰਦੇ, ਉਹ ਮੁਸ਼ਤਕ ਪਹਿਲਵਾਨ ਧਰਤੀ ਵਿੱਚ ਪੈਰ ਰੱਖਣ ਤੇ ਪੈਰ ਧਰਤੀ ਵਿੱਚ ਖੁੱਭ ਜਾਵੇ। ਇੱਕ ਬੋਲਿਆ ਕਹਿੰਦਾ ਦਾਤਾ ਇਹ ਕੌਣ ਲੱਗਦਾ ਜੇ ਆਇਆ ਹੈ, ਹੁਕਮ ਦਿਓ ਦਿੱਲੀ ਦੇ ਕਿੰਗਰੇ ਢਾ ਕੇ ਵਿਖਾ ਦਈਏ, ਹਿਮਾਲਿਆ ਪਰਬਤ ਨਾਲ ਮੱਥਾ ਲਾ ਲਈਏ। ਜਦੋਂ ਭਲਵਾਨਾਂ ਦੇ ਮੁੱਖ ਜੋ ਗੱਲ ਸੁਣੀ ਨਾ ਤੇ ਕਹਿੰਦੇ ਨੇ, ਫਿਰ ਉਸ ਵੇਲੇ ਬਾਬਰ ਦੇ ਪੁੱਤਰ ਹਮਾਜੂ ਨੂੰ ਪਸੀਨਾ ਆ ਗਿਆ ਤੇ ਡੰਡੇ ਵਾਂਗੂ ਮਹਾਰਾਜ ਦੇ ਚਰਨਾਂ ਤੇ ਜਾ ਡਿੱਗਾ ਸੀ। ਇਹ ਸ਼ਾਨ ਹੈ ਮੇਰੇ ਗੁਰਾਂ ਦੀ, ਲਓ ਜੀ ਮਿੱਤਰਤਾ ਵਧੀ ਗਈ। ਪਰ ਦੂਜੇ ਬੰਨੇ ਰਾਜਨੀਤਿਕ ਬੰਦੇ ਆਪਣੀਆਂ ਚਾਲਾਂ ਚੱਲਣ ਲੱਗ ਪਏ। ਸ਼ੇਰ ਤੋਂ ਡਰਦੇ ਬਾਦਸ਼ਾਹ ਜਹਾਂਗੀਰ ਨੂੰ ਬੁਖਾਰ ਚੜ ਗਿਆ। ਪੁਆਇੰਟ ਦੋ ਨੇ ਆਪਾਂ ਕਾਹਲੀ ਬਿਲਕੁਲ ਨਹੀਂ ਕਰਨੀ, ਕਿਉਂਕਿ ਬਾਰ ਬਾਰ ਇਹ ਗੱਲਾਂ ਜੀਵਨ ਦੇ ਵਿੱਚ ਕਰਨ ਵਾਲੇ ਵਿਭਾਗਾਂ ਵਾਲਿਆਂ ਦੇ ਆਉਂਦੀਆਂ ਨੇ। ਬਾਦਸ਼ਾਹ ਨੇ ਕਿ ਹਿੰਦੂ ਰਾਣੀ ਯੋਧਾ ਦੇ ਪੇਟ ਵਿੱਚੋਂ ਪੈਦਾ ਹੋਇਆ ਸੀ, ਰਾਜਪੂਤ ਰਾਜੇ ਦੀ ਧੀ ਸੀ, ਅਕਬਰ ਦਾ ਪੁੱਤਰ ਤੇ ਜੋਤਿਸ਼ ਉੱਤੇ ਵਿਸ਼ਵਾਸ ਕਰਦਾ ਸੀ। ਜਿਹੜੇ ਜੋਤਿਸ਼ੀ ਨੇ ਇਹਦਾ ਜੋਤਿਸ਼ ਲਾ ਕੇ ਇਹਨੂੰ ਦੱਸਣਾ ਹੈ ਤੈਨੂੰ ਬੁਖਾਰ ਕਿਉਂ ਚੜਿਆ, ਇਸ ਤੋਂ ਪਹਿਲਾਂ ਕਿ ਜੋਤਿਸ਼ੀ ਜੋਤਿਸ਼ ਲਾਉਣ ਵਾਸਤੇ ਬਾਦਸ਼ਾਹ ਦੇ ਮਹੱਲਾਂ ਵਿੱਚ ਆਉਂਦਾ, ਚੰਦੂ ਲਾਲ ਸਿੱਧਾ ਹੀ ਉਹਦੇ ਘਰੇ ਪਹੁੰਚ ਗਿਆ। ਗੱਲ ਧਿਆਨ ਨਾਲ ਸੁਣਿਓ, ਉਹਨੂੰ ਕਹਿੰਦਾ ਉਹ ਪੰਡਤਾ ਕਦੇ ਲੱਖ ਰੁਪਈਆ ਦੇਖਿਆ ਜੀ, ਪੰਡਤ ਦੇ ਹੱਥੋਂ ਭਰਾਵੋ ਬੁਰਕੀ ਛੁੱਟ ਗਈ ਧਰਤੀ ਤੇ ਜਾ ਡਿੱਗੀ। ਕਹਿੰਦਾ ਦੀਵਾਨ ਜੀ ਕੀ ਕਹਿੰਦੇ ਹੋ? ਕਹਿੰਦਾ ਕਦੇ ਲੱਖ ਰੁਪਈਆ ਦੇਖਿਆ? ਕਹਿੰਦਾ ਮੇਰੀਆਂ ਤੇ ਪੀੜੀਆਂ ਹੋ ਗਈਆਂ, ਅਸੀਂ ਕਦੇ 100 ਨਹੀਂ ਦੇਖਿਆ। ਤੇ ਕਹਿੰਦਾ ਜਿਵੇਂ ਤੇਰਾ ਲੱਖ ਰੁਪਈਆ ਤੇਰਾ ਹੋ ਜਾਵੇ। ਉਹ ਕਹਿੰਦਾ ਉਹ ਕਿੱਦਾਂ? ਕਹਿੰਦਾ ਤਕੜਾ ਹੋ ਜਾ, ਬਾਦਸ਼ਾਹ ਨੂੰ ਬਖਾਰ ਚੜਿਆ ਹੈ ਤੇ ਤੂੰ ਜਾਣਾ ਹੈ ਜੋਤਿਸ਼ ਲਾਉਣ, ਤੇ ਬਾਦਸ਼ਾਹ ਨੇ ਫਿਰ ਪੁੱਛਣਾ ਹੈ ਤੇ ਤੂੰ ਕਹਿਦੀ ਕਿ ਤੇਰੇ ਤੇ ਸਾਰ ਸਦੀ ਆਈ ਹੈ, ਤੇ ਉਹਨੇ ਕਹਿਣਾ ਇਹ ਕਲੇਗੀ ਕਿੱਦਾਂ? ਮੈਂ ਵੀ ਕੋਲ ਬੈਠਾ ਹੋਵਾਂਗਾ, ਐਵੇਂ ਸੰਗਲੀ ਜੀ ਘੁਮਾ ਕੇ ਡਲ ਸਿੱਟ ਕੇ ਪੱਤਰੀ ਬਾਜ ਕੇ ਕਹਿ ਦੇ ਵੀ ਬਾਦਸ਼ਾਹ ਇਹ ਸਾਰ ਸਦੀ ਤਾਂ ਕਲੇਗੀ, ਕੋਈ ਮਹਾਤਮਾ ਜਿਹਦੇ ਨਾਮ ਨਾਲ ਹਾਸਾ ਤੇ ਗੱਦਾ ਲੱਗਦਾ ਹੋਵੇ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਤੇਰੇ ਵਾਸਤੇ 40 ਦਿਨ ਬੰਦਗੀ ਕਰੇ। ਤੇ ਗੁਰੂ ਕਹੇਗਾ ਹਾਏ ਤੇ ਗੱਗੇ ਵਾਲਾ ਕੌਣ, ਬਸ ਤੇਰੀ ਡਿਊਟੀ ਖਤਮ, 50,000 ਹੁਣ ਲੈ ਲਾ, 50,000 ਮੈਂ ਤੈਨੂੰ ਬਾਅਦ ਵਿੱਚ ਦੇਵਾਂਗਾ, ਅਗਲੀ ਡਿਊਟੀ ਮੈਂ ਆਪੇ ਸਾਂਭ ਲਵਾਂਗਾ ਕਿ ਤੁਹਾਡਾ ਮਿੱਤਰ ਹਰਗੋਬਿੰਦ ਜੀ ਨੇ ਤੁਹਾਨੂੰ ਕੱਲ੍ਹ ਸ਼ੇਰ ਤੋਂ ਬਚਾਇਆ। ਇੱਕ ਵਾਰੀ ਗੁਰੂ ਹਰਗੋਬਿੰਦ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਜਾਵੇ, ਮਾਂ ਗੰਗਾ ਤੇ ਗੁਰੂ ਅਰਜਨ ਦੇ ਪੁੱਤਰ ਨੂੰ ਮੁੜ ਕੇ ਜਿਉਂਦਾ ਬਾਹਰ ਮੈਂ ਨਹੀਂ ਨਿਕਲਣ ਦੇਵਾਂਗਾ। ਵੇਖੋ ਇਹ ਪਾਪੀ ਕਿੱਥੋਂ ਤੱਕ ਪਹੁੰਚ ਗਿਆ, ਹਰਸਾ ਜੀ ਅੱਗੇ ਚੱਲੋ, ਇਹ ਘੇਰਾ ਬਣਦਾ ਜਾਂਦਾ ਹੈ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ। ਮੁੱਕ ਦੀ ਗੱਲ ਹੋਇਆ ਇਹੋ ਕਦੀ, ਮੈਂ ਇਤਿਹਾਸ ਦੀਆਂ ਦੋ ਗੱਲਾਂ ਪੜ੍ਹੀਆਂ ਨੇ, ਮੁੜ ਕੇ ਕਈ ਜੀ ਆਣ ਕੇ ਕਿੰਤੂ ਪ੍ਰੰਤੂ ਕਰਦੇ ਨੇ, ਅਸੀਂ ਦੋਨੋਂ ਗੱਲਾਂ ਹੀ ਸਟੇਜ ਉੱਤੇ ਕਹਿ ਜਾਂਦੇ ਹਾਂ। ਦੂਜੀ ਗੱਲ ਇਹ, ਪਹਿਲੀ ਗੱਲ ਤਾਂ ਇਹ ਕਿ ਜੋਤਿਸ਼ੀ ਦੇ ਆਖੇ ਲੱਗ ਕੇ ਜ਼ਿਆਦਾ ਗ੍ਰੰਥ ਇਸ ਗੱਲ ਦੀ ਅਗਵਾਈ ਦਿੰਦੇ ਆ, ਵੱਡੇ ਵਿਦਵਾਨ ਵੀ ਇਸ ਗੱਲ ਨੂੰ ਮੰਨਦੇ ਆ ਕਿ ਜੋਤਿਸ਼ੀ ਨੇ ਕਿਹਾ ਕਿ ਤੇਰੇ ਤੇ ਸਾਰ ਸਦੀ ਆਈ ਹੈ, ਕੱਲ ਦੀ ਤਾਂ ਹੀ ਕੋਈ ਮਿੱਤਰ ਕੋਈ ਮਹਾਤਮਾ ਕੋਈ ਬਲੀ ਪੀਰ। ਤੇ ਚੰਦੂ ਕਹਿੰਦਾ ਇਹੋ ਜਿਹਾ ਕਿਹੜਾ? ਕਹਿੰਦਾ ਜੀ ਘੈੜਾ ਮਿੱਤਰ ਹਰਗੋਬਿੰਦ। ਮਹਾਰਾਜ ਉਹਨੇ ਜੋਦਰੀ ਕੀਤੀ ਕਿ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਮੇਰੇ ਲਈ ਤਪ ਕਰੋ, ਤੇ ਫਿਰ ਉਹਦੇ ਵਿੱਚ 30% ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਮਹਾਰਾਜ ਦੀ ਚੜ੍ਹਦੀ ਸ਼ਾਨ ਨੂੰ ਵੇਖ ਕੇ ਤੇ ਸ਼ੇਰਾਂ ਦੇ ਸ਼ਿਕਾਰ ਕਿਰਪਾਨਾਂ ਨਾਲ ਵੇਖ ਕੇ ਬਾਦਸ਼ਾਹ ਘਬਰਾ ਗਿਆ, ਮਹਾਰਾਜ ਨੂੰ ਸ਼ਾਹੀ ਕੈਦੀ ਦਾ ਹੁਕਮ ਦੇ ਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਝੂਠੀ ਕਿਹੜੀ ਹੈ ਸੱਚੀ ਕਿਹੜੀ ਹੈ ਤੁਸੀਂ ਮੰਨਦੇ ਹੋ, ਅਸੀਂ ਕਿੰਤੂ ਨਹੀਂ ਹੋ ਕਰਾਉਣਾ ਚਾਹੁੰਦੇ, ਇਸ ਕਰਕੇ ਜਿਹੜੀ ਗੱਲ ਇਤਿਹਾਸ ਵਿੱਚ ਆਵੇ ਉਹ ਸਾਰੀ ਪੜ੍ਹ ਕੇ ਸੰਗਤ ਨੂੰ ਕਹਿ ਦੇਣੀ ਹੈ। ਵਾਹਿਗੁਰੂ ਕਿਰਪਾ ਕਰੇ, ਚੱਲੀਏ ਅੱਗੇ।
ਮਹਾਰਾਜ ਗੋਲੀਆ ਦੇ ਕਿਲੇ ਵਿੱਚ ਕੈਦ ਕਰ ਦਿੱਤੇਗਾ। ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਹਾਹਾਕਾਰ ਮਚ ਗਈ, ਸਿੰਧ ਤੱਕ ਖਬਰਾਂ ਹੋ ਗਈਆਂ, ਗੁਜਰਾਤ ਤੱਕ ਖਬਰਾਂ ਹੋ ਗਈਆਂ, ਮੱਧਿਆ ਪ੍ਰਦੇਸ਼ ਤੱਕ ਖਬਰਾਂ ਹੋ ਗਈਆਂ। ਇੱਧਰ ਜੰਮੂ ਕਸ਼ਮੀਰ ਦੇ ਵਿੱਚ ਬਗਾਵਤ ਦਾ ਸਿੱਖਾਂ ਨੇ ਐਲਾਨ ਕਰ ਦਿੱਤਾ। ਪੰਜਾਬ ਦੀ ਧਰਤੀ ਵਿੱਚ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਝਾਕੀਆਂ ਨਿਕਲਣ ਲੱਗ ਪਈਆਂ। ਥਾਂ ਥਾਂ ਦੇ ਉੱਤੇ ਬਾਦਸ਼ਾਹ ਦਾ ਜੀਣਾ ਹਰਾਮ ਹੋ ਗਿਆ। ਮਾਫ਼ ਕਰਨਾ ਗੁਰੂ ਦੇ ਪਿਆਰ ਵਾਲਿਓ, ਵੇਖੋ ਉਹਨਾਂ ਸਿੱਖਾਂ ਦੀ ਸਿੱਖੀ ਗੁਰੂ ਦੇ ਦਰਸ਼ਨਾਂ ਨੂੰ ਕਿੰਨਾ ਚਿਰ ਹੋ ਗਿਆ ਏ। ਪੈਦਲ ਚੱਲ ਚੱਲ ਕੇ ਗਵਾਲੀਅਰ ਦੇ ਕਿਲੇ ਵਿੱਚ ਸਿੱਖ ਪਹੁੰਚ ਜਾਂਦੇ। ਜਾ ਕੇ ਕਿਤੇ ਗਵਾਲੀਅਰ ਦੇ ਕਿਲੇ ਦੀਆਂ ਕੰਧਾਂ ਵੇਖਿਓ, ਇੱਕ ਸਿੱਖ ਨਾਹਾਂ ਦੇ ਨਾਲ ਕੰਧਾਂ ਦੇ ਉੱਤੇ ਝਰੀਟਾਂ ਮਾਰ ਰਿਹਾ। ਕਿਸੇ ਬੁੱਢੇ ਬਾਬੇ ਨੇ ਪੁੱਛਿਆ ਕੀ ਕਰਦਾ ਏ, ਕਹਿੰਦਾ ਮੈਂ ਆਪਣੇ ਨਾਹਾਂ ਨਾਲ ਕਿਲੇ ਦੀ ਕੰਧ ਵਿੱਚ ਸੰਨ ਲਾ ਕੇ ਅੰਦਰ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ। ਗੱਜ ਕੇ ਕਹਿ ਦਿਓ ਸਤਨਾਮ। ਲਓ ਜੀ, ਜਦੋਂ ਇਹ ਗੱਲ ਹੋਈ ਨਾ ਤੇ ਉਧਰ ਫਿਰ ਪੱਟੀ ਦੇ ਲਾਗੇ ਮਾਝੇ ਦੇ ਇਲਾਕੇ ਵਿੱਚ ਇੱਕ ਪਿੰਡ ਹੈ ਜਿਹਦਾ ਨਾਂ ਹੈ ਸਿੱਧਵਾਂ। ਆਇਨ ਜੀਰੋ ਲੈਣ ਦੇ ਉੱਤੇ ਬਾਰਡਰ ਦੇ ਕੋਲ ਆ ਗਿਆ ਇਹ ਪਿੰਡ। 10 ਸਾਲ ਵਿੱਚ 3 ਵਾਰ ਉੱਥੇ ਕੀਰਤਨ ਕਰਨ ਜਾਂਦਾ। ਤੁਹਾਡੇ ਕੋਲ ਆਉਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਬਾਬਾ ਜੇਠਾ ਜੀ ਦਾ ਸ਼ਹੀਦੀ ਦਿਹਾੜਾ ਸੀ, ਉੱਥੇ ਮਨਾ ਕੇ ਆਏ ਹਾਂ। ਔਰ ਇੰਨਾ ਮਾਣ ਮਿਲਦਾ ਉਸ ਪਾਵਨ ਧਰਤੀ ਤੋਂ। ਇਹ ਪੰਜਵੇਂ ਗੁਰਾਂ ਦੇ ਨਾਲ ਲਾਹੌਰ ਗਿਆ ਨੇ, ਅੱਖਾਂ ਨਾਲ ਸਾਕਾ ਵੇਖਿਆ ਸੀ ਪੰਜਵੇਂ ਗੁਰਾਂ ਦੀ ਸ਼ਹਾਦਤ ਦਾ। ਅੱਜ ਛੇਵੇਂ ਗੁਰਾਂ ਦਾ ਵਿਛੋੜਾ ਜੇ ਤੋਂ ਬਰਦਾਸ਼ਤ ਨਹੀਂ ਜੇ ਹੋਇਆ। ਲਓ ਜੀ, ਸਿੱਖ ਬਾਣੀ ਦਾ ਕਹੀਏ ਤੇ ਕਰਾਮਾਤ ਤੇ ਵਿਦਿਆ ਉਹਦੇ ਤੇ ਕਦਮਾਂ ਵਿੱਚ ਵਸਦੀ ਹੈ। ਇਹ ਘਬਰਾਇਆ ਹੋਇਆ ਬਾਦਸ਼ਾਹ ਰਾਤ ਨੂੰ ਰੋਟੀ ਪਾਣੀ ਖਾ ਕੇ ਆਪਣੇ ਆਰਾਮ ਦਾ ਕਮਰੇ ਦੇ ਵਿੱਚ ਗਿਆ। ਬਾਦਸ਼ਾਹ ਅਕਬਰ ਦਾ ਜਾਇਆ ਜਹਾਂਗੀਰ ਪੰਗ ਦੇ ਉੱਤੇ ਲੇਟਿਆ, ਮਾੜੀ ਜੀ ਅੱਖ ਲੱਗੀ ਹੈ, ਗੁਰੂ ਕੀ ਸੰਗਤ ਅੱਧੀ ਰਾਤ ਦਾ ਟਾਈਮ ਹੋਇਆ, ਆਓ ਰਾਤ ਤੱਕੀਏ। ਅਭਿਆਸ ਕਰ ਕਹਿੰਦੇ ਨੇ ਛੇਵੇਂ ਪਾਤਸ਼ਾਹ ਦਾ ਸਿੱਖ ਬਾਬਾ ਜੇਠਾ ਸ਼ੇਰ ਦਾ ਰੂਪ ਧਾਰਨ ਕਰਕੇ ਆਣ ਚੜਿਆ ਬਾਦਸ਼ਾਹ ਦੀ ਛਾਤੀ ਦੇ ਉੱਤੇ, ਉਪੜਵਾਇਆ ਮਾਰ ਕੇ ਛਾਲ ਆਪਣੇ ਮੰਜੇ ਤੋਂ ਉੱਠਿਆ। ਸੁਪਨੇ ਵਿੱਚ ਮੈਂ ਕੀ ਵੇਖਿਆ, ਅੱਗੇ ਰੱਬ ਰਾਖਾ ਢਾਡੀ ਯਥਾ ਹੇ ਬੇਗੁਨਾਹ ਕੋਈ ਸਾਧੂ ਮਾਇਆ ਉਪੜਵਾ।
ਜੇਠਾ ਜੀ ਪਿੰਡ ਸਿੱਧਵਾਂ ਇਲਾਕਾ ਮਾਝਾ ਬਾਰਡਰ ਦੇ ਉੱਤੇ ਪੱਟੀ ਦੇ ਲਾਗੇ ਕਰਮਾ ਵਾਲੇ ਉਹ ਦੁਰਗਾ ਵਿਛੋੜਾ ਧਾਰ ਨਾ ਸਕਿਆ। ਧਾਰ ਕੇ ਸ਼ੇਰ ਦਾ ਰੂਪ ਉਹ ਕ੍ਰਿਸ਼ਨ ਇਹੋ ਜਿਹਾ ਕਰ ਦਿੱਤਾ ਤੇ ਜਿਹੜੇ ਗੁਰੂ ਦੀ ਸੰਗਤ ਆਪਣੇ ਆਪ ਨੂੰ ਮੋਡਰੇਟ ਕਹਿੰਦੇ ਨੇ ਨਾ, ਮਾਫ ਕਰਨਾ ਤਰਕਸ਼ੀਲ ਸੁਸਾਇਟੀ ਦੇ ਲੋਕ, ਉੱਥੇ ਮੈਂ ਇਹ ਵੀ ਪੜ੍ਹਿਆ ਏ ਕਿ ਹਿੰਦੁਸਤਾਨ ਦੇ ਵਿੱਚ ਚਾਰ ਚੁਫੇਰੇ ਬਗਾਵਤਾਂ ਤੋਂ ਡਰਦਾ ਗੁੜ ਗੁੜ ਕਰਦਾ ਕਦੇ ਸੌਂਦਾ ਸੀ ਕਦੇ ਉੱਠਦਾ ਸੀ। ਖੈਰ ਬਹੁਮਤਕ ਇਤਿਹਾਸਕਾਰਾਂ ਨੇ ਜਿਹੜੀ ਦਿੱਤੀ ਹੈ, ਭਾਈ ਜੇਠਾ ਜੀ ਦੇ ਪਿੰਡ ਵਿੱਚ ਅਸੀਂ ਕੀਰਤਨ ਕਰਨ ਗਏ, ਖਿਆਲ ਕਰਿਓ ਜਰਾ, ਉੱਥੇ ਇੱਕ ਕੰਧ ਦੇ ਉੱਤੇ ਪੁਰਾਣੇ ਜ਼ਮਾਨੇ ਦੀ ਇੱਕ ਲਿਖਤ ਮੈਨੂੰ ਮਿਲੀ। ਵੇਖੋ ਕਿੱਥੋਂ ਕਿੱਥੋਂ ਤੱਕ ਸਾਨੂੰ ਤੇ ਇੱਥੋਂ ਵੀ ਬੜਾ ਕੁਝ ਪ੍ਰਾਪਤ ਹੋਇਆ ਏ। ਇੱਕ ਵਾਰੀ ਗੱਜ ਕੇ ਕਹਿ ਦਿਓ ਸਤਨਾਮ। ਮੈਂ ਬੜੇ ਤਰੀਕੇ ਨਾਲ ਉਹਨੂੰ ਸਾਫ ਕਰਕੇ ਪੜ੍ਹਨ ਦਾ ਯਤਨ ਕੀਤਾ। ਭੈਣੋ ਵੀਰੋ ਗੁਰਮੁਖੋ ਖਿਆਲ ਕਰਿਓ ਜਰਾ, ਗੁਰੂ ਦੇ ਪਿਆਰ ਦੀ ਗੱਲ। ਕਹਿੰਦੇ ਜਦੋਂ ਮਹਾਰਾਜ ਰਿਹਾ ਹੋ ਕੇ ਗਵਾਲੀਅਰ ਦੇ ਵਿੱਚੋਂ ਸਿੱਖਾਂ ਨੂੰ ਆਣ ਕੇ ਜਮਨੂ ਵਾਹਿਗੁਰੂ ਜਮਨਾ ਦੇ ਕੰਢੇ ਤੇ ਮਜਨੂ ਟਿੱਲੇ ਗੁਰਦੁਆਰੇ ਮਿਲੇ ਆ ਨਾ, ਮਹਾਰਾਜ ਕਹਿੰਦੇ ਬਾਬਾ ਜੇਠਾ ਜੀ ਉੱਠ ਕੇ ਸਾਡੇ ਕੋਲ ਆਓ। ਕਹਿੰਦਾ ਦੱਸੋ ਮਹਾਰਾਜ। ਮਹਾਰਾਜ ਨੇ ਇੱਕ ਗਾਦਰ ਦਿੱਤੀ, ਕਹਿੰਦੇ ਜਾਂ ਜਮਨਾ ਦੇ ਪਾਣੀ ਚੋਂ ਭਰ ਕੇ ਲਿਆ। ਭਾਈ ਜੇਠਾ ਜੀ ਭੱਜ ਕੇ ਗਏ, ਪਾਣੀ ਦੀ ਗਾਗਰ ਭਰ ਕੇ ਲੈ ਆਏ। ਕਹਿੰਦਾ ਸਤਿਗੁਰੂ ਜੀ ਗਾਗਰ ਭਰ ਕੇ ਲੈ ਆਇਆ। ਮਹਾਰਾਜ ਕਹਿੰਦੇ ਜਿੱਥੋਂ ਲੈ ਕੇ ਆਇਆ ਉੱਥੇ ਨੂੰ ਡੋਲ ਦੇ। ਸਿੱਖ ਨੇ ਵਚਨ ਮੰਨਿਆ, ਜਾ ਕੇ ਵਗਦੀ ਜਮਨਾ ਦੇ ਵਿੱਚ ਦਰਿਆ ਦੀਆਂ ਲਹਿਰਾਂ ਵਿੱਚ ਪਾਣੀ ਡੋਲ ਦਿੱਤਾ, ਮੁੜ ਕੇ ਆ ਗਿਆ। ਕਹਿੰਦਾ ਮਹਾਰਾਜ ਭਰ ਕੇ ਵੀ ਲੈ ਆਇਆ, ਵਚਨ ਮੰਨ ਕੇ ਡੋਲ ਵੀ ਆਇਆ। ਕਹਿੰਦੇ ਪੁੱਤਰ ਪਹਿਲਾਂ ਜਦੋਂ ਗਾਗਰ ਭਰੀ ਸੀ ਉਦੋਂ ਤੇ ਜਦੋਂ ਹੁਣ ਪਾਣੀ ਜਮਨਾ ਦੇ ਵਿੱਚ ਵਾਪਸ ਪਾ ਦਿੱਤਾ, ਇਹ ਤੇਰੇ ਪਾਣੀ ਕੱਢਣ ਜਾਂ ਪਾਉਣ ਦੇ ਨਾਲ ਜਮਨਾ ਨੂੰ ਕੋਈ ਫਰਕ ਪਿਆ? ਹੱਥ ਜੋੜ ਕੇ ਕਹਿੰਦਾ ਮਹਾਰਾਜ, ਏਡੇ ਵੱਡੇ ਦਰਿਆ ਨੂੰ ਇੱਕ ਪਾਣੀ ਗਾਗਰ ਕੱਢ ਲੈਣ ਨਾਲ ਤੇ ਇੱਕ ਪਾਣੀ ਗਾਗਰ ਪਾ ਦੇਣ ਦੇ ਨਾਲ ਕੀ ਫਰਕ ਪੈਣਾ ਸੀ? ਮਹਾਰਾਜ ਕਹਿੰਦੇ ਪੁੱਤਰਾ ਕੁਝ ਸਮਝਿਆ? ਚਰਨਾਂ ਦੇ ਉੱਤੇ ਢਹਿ ਪਿਆ ਮੀਰੀ ਪੀਰੀ ਵਾਲੇ ਦੇ। ਸਤਿਗੁਰੂ ਕਹਿੰਦੇ ਫਿਰ ਏਦਾਂ ਹੈ ਕਿ ਤੂੰ ਹੈ ਗਾਗਰ ਜਿੰਨਾ ਪਾਣੀ ਤੇ ਅਸੀਂ ਹੈ ਜਮਨਾ ਵਾਂਗੂ ਵਗਦਾ ਦਰਿਆ। ਜੇ ਕਰਾਮਾਤ ਵਿਖਾਉਣੀ ਹੁੰਦੀ ਤੇ ਪੁੱਤਰਾ ਅਸੀਂ ਨਹੀਂ ਸੀ ਵਿਖਾ ਸਕਦੇ? ਅੱਖਾਂ ਵਿੱਚ ਹੰਝੂ ਆ ਗਾ, ਚਰਨ ਫੜ ਲੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬੇ ਜੇਠੇ ਨੇ। ਉਹਨਾਂ ਚਿਰ ਚਰਨ ਨਹੀਂ ਛੱਡੇ ਜਿੰਨਾ ਚਿਰ ਹੰਝੂਆਂ ਵਗਦਿਆਂ ਨੇ ਗੁਰੂ ਦੇ ਚਰਨਾਂ ਨੂੰ ਵੀ ਭੋ ਦਿੱਤਾ। ਕਹਿੰਦਾ ਦਾਦਾ, ਮੇਰੇ ਕੋਲੋਂ ਸਿੱਖਾਂ ਦਾ ਤੇ ਤੁਹਾਡਾ ਵਿਛੋੜਾ ਨਹੀਂ ਚੱਲ ਹੋਇਆ, ਭੁੱਲੋ ਗਈ ਆ, ਮਾਫੀ ਦੇ ਰਹੇ ਹੋ, ਗੱਜ ਕੇ ਆਖੋ ਸਤਨਾਮ। ਫਿਰ ਵੀ ਗੁਰੂ ਨੇ ਸਿੱਖ ਨੂੰ ਵਰਗਿਆ ਹੈ, ਟੁਕੜਾ ਮਾਤ ਕਿਉਂ ਵਿਖਾਈ? ਬਾਦਸ਼ਾਹ ਨੇ ਦਰਵਾਜ਼ਾ ਖੋਲਿਆ, ਬੁਰਾ ਹਾਲ ਸੋਚਾਂ ਵਿੱਚ ਪਿਆ, ਕਿਹੜਾ ਲੜ ਗਿਆ ਹੈ ਤੇ ਜਦੋਂ ਬੂਹਾ ਖੋਲ ਕੇ ਬਾਹਰ ਆਇਆ ਤੇ ਅੱਗੇ ਲਾਹੌਰ ਤੋਂ ਮੀਆਂ ਮੀਰ ਪਹੁੰਚੇ ਹੋਏ। ਮੀਆਂ ਮੀਰ ਦਾ ਇਸਲਾਮ ਧਰਮ ਦੇ ਵਿੱਚ ਬੜਾ ਹੋਰ ਬਾਲਾ ਸੀ, ਡੰਡੇ ਵਾਂਗੂ ਉਹਨਾਂ ਦੇ ਚਰਨਾਂ ਤੇ ਢਹਿ ਪਿਆ। ਅੱਲਾ ਦੇ ਪਿਆਰਿਓ, ਰਾਤ ਨੂੰ ਨੀਂਦ ਨਹੀਂ ਆਉਂਦੀ, ਸੇਚਾਂ ਭੁੱਲ ਗਈਆਂ, ਰੋਟੀ ਪਾਣੀ ਭੁੱਲ ਗਿਆ, ਮੇਰੀ ਬੁਰੀ ਹਾਲਤ ਤੇ ਮੈਂ ਤੇ ਪੰਡਤਾਂ ਦੇ ਕੋਲ ਬੜੇ ਜਪ ਤਪ ਵੀ ਕਰਵਾਏ ਨੇ, ਬੜਾ ਕੁਝ ਕੀਤਾ ਹੈ। ਮੀਆਂ ਮੀਰ ਦੇ ਮੱਥੇ ਉੱਤੇ ਤੀਵੜੀਆਂ, ਉਹ ਵਕਤ ਦੇ ਬਾਦਸ਼ਾਹ ਅਕਲ ਤੇਰੀਆਂ ਚੜਪੜੀਆਂ ਨੇ, ਤੇਰੇ ਕੋਲ ਕਿਹੋ ਜਿਹੀ ਕਰਤੂਤ ਕਰਵਾਈ ਹੈ? ਗੁਰੂ ਨਾਨਕ ਦੀ ਗੱਡੀ ਦੇ ਪੰਮੇ ਮਾਲਕ ਨੂੰ ਪਤੀਆਂ ਤਵੀਆਂ ਦੇ ਉੱਤੇ ਬਿਠਾ ਕੇ ਲਾਹੌਰ ਦੀਆਂ ਦੀਵਾਰਾਂ ਦਾ ਸਾੜ ਦਿੱਤਾ? ਅੱਜ ਉਹਨਾਂ ਦੀ ਛੇਵੀਂ ਜੋਤ, ਉਹਨਾਂ ਦੇ ਪੁੱਤਰ, ਉਹਨਾਂ ਦੀ ਉਹ ਮਹਾਨ ਆਤਮਾ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਜੇ ਤੂੰ ਅੱਲਾ ਦੇ ਕਹਿਰ ਤੋਂ ਬਚਣਾ ਚਾਹੁੰਦਾ ਹੈ ਤੇ ਸ਼ਾਹੀ ਪਰਵਾਨਾ ਦੇਖ ਕੇ ਜਲਦੀ ਤੋਂ ਜਲਦੀ ਮੋਹ ਲਾ ਕੇ ਤੇਜ ਘੋੜਿਆਂ ਤੇ ਆਪਣੇ ਵਜ਼ੀਰਾਂ ਨੂੰ ਘੱਲ ਗਵਾਲੀਅਰ ਨੂੰ, ਨਹੀਂ ਤੇ ਉਹ ਵੇਖ ਕਰਮ ਰੂਪੀ ਜਿਹੜੀ ਮੌਤ ਹੈ ਨਾ, ਕਰਮ ਰੂਪੀ ਜਿਹੜੀ ਡੈਂਗ ਨੇ ਉਹ ਮੂੰਹ ਹੱਟ ਕੇ ਖਲੋਤੀ ਹੈ, ਉਹ ਅਗਲੀਆਂ ਜਿਹੜੀਆਂ ਤੈਨੂੰ ਸਾਰਨ ਵਾਸਤੇ ਖਲੋਤੀਆਂ ਨੇ ਕਿ ਕਰਮਾਂ ਤੋਂ ਸੰਸਕਾਰ ਬਣਦੇ ਨੇ। ਜੇ ਚੰਗੇ ਸੰਸਕਾਰ ਦੁਨੀਆਂ ਦੇ ਵਿੱਚ ਲੈਣੇ ਚਾਹੁੰਦਾ ਹੈ ਤੇ ਸ਼ੁੱਧ ਕਰਮਾਂ ਵੱਲੋਂ, ਨੇਕੀ ਵੱਲੋਂ ਧਿਆਨ ਕਰ। ਦੂਜੇ ਬੰਨੇ ਚੰਦੂ ਲਾਲ ਵੱਲ ਆਪਾਂ ਚੱਲੀਏ। ਚੰਦੂ ਲਾਲ ਦੇ ਇੱਕ ਬੜੀ ਛਾਤਰ ਚਾਲ ਚੱਲੀ। ਇੱਕ ਯਹਿਰ ਦੀ ਕੁੜੀ ਖਾਣੀ ਤੇ ਇੱਕ ਬੰਨੇ ਬੰਦੇ ਦੇ ਬੁੱਲਾਂ ਨੂੰ ਲੱਗ ਜਾਵੇ ਤੇ ਬੰਦੇ ਦੇ ਪ੍ਰਾਣ ਪੰਖੇਰੂ ਹੋ ਜਾਣ। ਇੱਕ ਯਹਿਰ ਦੀ ਕੁੜੀ ਤਿਆਰ ਕੀਤੀ, ਬੜਾ ਜਿਲੀਲਾ ਯਹਿਰ ਬੀਕਾਨੇਰ ਦਾ, ਤੇ ਦੂਜੇ ਬੰਨੇ ਕਰਮਾਂ ਵਾਲੇ ਉਹ ਇੱਕ ਯਹਿਰ ਦੀ ਪੁਸ਼ਾਕ ਤਿਆਰ ਕਰਵਾਈ, ਇੰਨੀ ਮਹਿੰਗੀ ਤੇ ਸੋਨੇ ਦੇ ਤਿੱਲੇ ਨਾਲ ਉਹਦੇ ਤੇ ਕਢਾਈ ਕਰਾਈ, ਤੇ ਜਿਹੜਾ ਸੋਨੇ ਦਾ ਤਿੱਲਾ, ਉਹ ਜਿਹੜੀਆਂ ਤਾਰਾਂ ਸੀ ਨਾ ਕਢਾਈ ਵਾਲੀਆਂ, ਉਹਨੂੰ ਇਹੋ ਜਿਹੀ ਮੋਹਰੇ ਦੀ ਪੁੱਠ ਦਿੱਤੀ ਕਿ ਪਹਿਨਣ ਵਾਲਾ ਬੰਦਾ ਪਹਿਨ ਦਿਆ ਸਾਰੀ ਉਹਦੇ ਪ੍ਰਾਣ ਜਿਹੜੇ ਪਖੇਰੂ ਹੋ ਜਾਣ, ਉਹਦੀ ਮੌਤ ਹੋ ਜਾਵੇ। ਦੋ ਹਥਿਆਰ ਵਰਤੇ ਨੇ ਛੇਵੇਂ ਗੁਰੂ ਨੂੰ ਮਾਰਨ ਵਾਸਤੇ। ਧਿਆਨ ਦਿਓ ਜਰਾ, 1,00,000 ਰੁਪਈਆ ਜਿਹੜਾ ਹਰੀਦਾਸ ਦਰੋਗਾ ਗਵਾਲੀਅਰ ਦੇ ਕਿਲੇ ਦਾ ਇੰਚਾਰਜ ਸੀ ਨਾ, ਕਿਲੇਦਾਰ ਜਿਹੜਾ ਸੀ, ਉਹ ਚੰਦੂ ਦਾ ਪੁਰਾਣਾ ਮਿੱਤਰ ਸੀ।
ਲੈ ਕੇ ਜ਼ਹਿਰ ਦੀ ਪੁੜੀ ਤੇ ਪਿਛਾਕਾ ਪਹੁੰਚ ਗਿਆ ਗਵਾਲੀਅਰ। ਕਹਿੰਦਾ ਉਹ ਹਰੀਦਾਸ ਦਰੋਗੇ, ਜੇ ਮਾਣ ਚਾਹੁੰਦਾ ਏ, ਤਰੱਕੀ ਚਾਹੁੰਦਾ ਏ, ਮੈਂ ਸਭ ਕੁਝ ਕਰਵਾ ਸਕਦਾ ਤੇ 1,00,000 ਰੁਪਇਆ ਤੈਨੂੰ ਕੈਸ਼ ਦਿੰਦਾ। ਵੇਖੋ ਕਿੱਥੋਂ ਤੱਕ ਨੀਚਤਾ, ਉਹ ਇੰਨੀ ਨੀਚਤਾ ਕਰਦਾ ਵਾਲੇ ਹੋ। ਪਤਾ ਨੀ ਪਾਪੀਆਂ ਕੋਲ ਮਾਇਆ ਕਿੱਥੋਂ ਆ ਜਾਂਦੀ ਹੈ, ਬੁਰਿਆ ਕਰਨਾ ਵਾਸਤੇ। ਨੇਕੀ ਵਾਸਤੇ ਮਾਇਆ ਕਿਸੇ ਦੇ ਕੋਲ ਨਹੀਂ ਹੁੰਦੀ, ਵਾਸ ਕਰਨਾ। ਉਹ ਤੁਹਾਡੇ ਵਰਗੇ ਗੁਰਸਿੱਖ ਨੇ ਜਿਹੜੇ ਇਹੋ ਜਿਹੀਆਂ ਗੁਰੂ ਦੀਆਂ ਇਮਾਰਤਾਂ ਬਣਾਉਂਦੇ ਨੇ ਤੇ 18 ਘੰਟੇ ਲੰਗਰ ਚਲਾਉਂਦੇ, ਬਾਣੀ ਦੇ ਅਖੰਡ ਪਾਠ ਕਰਵਾਉਂਦੇ ਨੇ, ਗੱਜ ਕੇ ਆਖੋ ਸਤਨਾਮ। ਉਹ ਕਹਿੰਦਾ ਹਰੀਦਾਸ, ਕਹਿੰਦਾ ਦੱਸੋ, ਕਹਿੰਦਾ ਵੀ ਜਦੋਂ ਕੱਲ ਨੂੰ ਗੁਰੂ ਹਰਗੋਬਿੰਦ ਸਾਹਿਬ ਇਸ਼ਨਾਨ ਕਰੇਗਾ ਨਾ, ਮੈਂ 50,000 ਰੁਪਇਆ ਤੈਨੂੰ ਪਹਿਲਾਂ ਦਿੰਦਾ ਤੇ 50,000 ਬਾਅਦ ਵਿੱਚ ਦੇਵਾਂਗਾ, ਤੇ ਤੈਨੂੰ ਕਿਲੇਦਾਰ ਤੋਂ ਫੌਜਦਾਰ ਬਣਵਾ ਦਿਆਂਗਾ, ਸਿਫਾਰਿਸ਼ ਕਰ ਦਿਆਂਗਾ ਬਾਦਸ਼ਾਹ ਜਹਾਂਗੀਰ ਨੂੰ। ਨਹਾਉਂਦਿਆਂ ਸਾਰੀ ਆ ਗੈਰ ਦੀ ਭਰੀ ਹੋਈ ਪਿਛਾਕ ਨੂੰ ਆਪਣੇ ਹੱਥਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਉਣੀ ਹੈ ਤੇ ਕਹਿ ਦੇਣਾ ਹੈ ਮਹਾਰਾਜ ਕੋਈ ਸੇਵਾਦਾਰ ਦੇ ਕੇ ਗਿਆ ਹੈ ਪਹਿਨ। ਜੇ ਗੁਰੂ ਨਾ ਪਹਿਨੇ, ਕਹਿੰਦਾ ਫਿਰ ਜ਼ਹਿਰ ਦੀ ਪੁੜੀ ਲੈ ਲਾ, ਰੋਟੀ ਪਾਣੀ ਤੇ ਗੁਰੂ ਨੂੰ ਤੁਈਓ ਖਵਾਉਣਾ ਨਾ, ਤੇਰੇ ਕੋਲ ਚੈੱਕ ਹੋ ਕੇ ਜਾਂਦਾ ਦਹੀਂ ਵਿੱਚ ਜ਼ਹਿਰ ਦੀ ਪੁੜੀ। ਇਹ ਤਾਏ ਨੇ ਵੀ ਇੱਕ ਵਾਰ ਜਪਨ ਕੀਤਾ ਸੀ ਪਿਰਖੀ ਚਾਦਰੀ ਮਹਾਰਾਜ ਨੂੰ ਪੰਡਤ ਨੂੰ ਕਹਿ ਕੇ ਦਹੀਂ ਖਵਾਉਣ ਦਾ, ਜਿਹੜਾ ਕੁੱਤਾ ਖਾ ਕੇ ਉਹ ਪਿਛਲੇ ਦਿਨ ਸੁਣ ਚੁੱਕੇ। ਪਰ ਹਰੀਦਾਸ ਦਰੋਗਾ ਉਹਦੇ ਬਾਣੀ ਸੁਣ ਸੁਣ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਕਰਕੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਨ ਹੋਏ ਪ੍ਰਭ ਮੇਰਾ, ਉਹਦੇ ਕਰਮਾਂ ਵਾਲਾ ਬਣ ਗਿਆ। ਚੰਦੂ ਦੇ ਕੋਲੋਂ ਦੋਨੋਂ ਚੀਜ਼ਾਂ ਲੈ ਲਈਆਂ, ਕਿਸੇ ਹੋਰ ਨੂੰ ਨਾ ਲਾਲਚ ਦੇ ਦੇਵੇ, 50,000 ਰੁਪਇਆ ਵੀ ਲੈ ਲਿਆ। ਸ਼ਾਮਾਂ ਦਾ ਟਾਈਮ ਹੈ ਕਰਮਾਂ ਵਾਲੇ, ਉਧਰ ਸੋਧਰ ਰਹਿਰਾਸ ਦੀ ਚਮਕੀ ਵਾਸਤੇ ਦੀਵਾਨ ਲੱਗ ਰਹੇ ਨੇ। ਵਾਪ ਕਰਨਾ ਗੁਰੂ ਕੀ ਸੰਗਤ ਤੇ ਮਹਾਰਾਜ ਸੱਚੇ ਪਾਤਸ਼ਾਹ ਕੈਦੀਆਂ ਨਾਲ ਗੱਲਾਂ ਕਰ ਰਹੇ ਸੀ। ਜਿੱਥੇ ਦੀਵਾਨ ਸਜਦਾ ਹੈ ਕਿਲੇ ਵਿੱਚ ਦੁਨੀਆਂ ਦਾ ਮਾਲਕ, ਉਧਰ ਨੂੰ ਤੁਰਿਆ ਜਾਂਦਾ। ਕਹਿੰਦੇ ਦਰੋਗੇ ਨੇ ਉਹ ਖਾਤਰ ਜਿਹੜਾ ਚੰਦੂ ਲਾਲ ਨੇ ਆਪਣੇ ਨੌਕਰਾਂ ਦੇ ਕੋਲ ਘੱਲਿਆ ਹੈ, 50,000 ਰੁਪਇਆ ਤੇ ਜ਼ਹਿਰਾ ਪਛਾਕ ਤੇ ਜ਼ਹਿਰ ਵਾਲੀ ਪੁੜੀ, ਚਾਰੇ ਹੀ ਚੀਜ਼ਾਂ ਲਿਆ ਕੇ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਤਾਂ ਮਾਰ ਕੇ ਆਖਿਆ, ਦਾਤਾ ਇਹਦੇ ਜ਼ੁਲਮ ਥੋੜੇ ਆ ਪਾਪੀ ਦੇ, ਅੱਗੇ 5ਵੇਂ ਗੁਰਾਂ ਦੇ ਉੱਤੇ ਜ਼ਾਲਮ ਨੇ ਕੀ ਕਹਿਰ ਘਾਇਆ ਏ, ਹੁਣ ਤੁਹਾਨੂੰ ਯਾਰ ਖਵਾ ਕੇ ਮੇਰੇ ਹੱਥੀ ਮਰਵਾਉਣਾ ਚਾਹੁੰਦਾ ਮਹਾਰਾਜ, ਇਹਦੇ ਪਾਪਾਂ ਦਾ ਭੋਗ ਕਿਉਂ ਨਹੀਂ ਪਾਉਂਦੇ, ਇਹਨੂੰ ਕੀਤੇ ਗ੍ਰਹਿਾਂ ਦੀ ਸਜ਼ਾ ਕਿਉਂ ਨਹੀਂ ਦਿੰਦੇ। ਗੁਰੂ ਜਿਹੜੀ ਗੱਲ ਕਹਿੰਦਾ ਹੈ ਨਾ ਉਹ ਕਰਕੇ ਵਿਖਾਉਂਦਾ ਹੈ। ਮਹਾਰਾਜ ਨੇ ਉਹਨੂੰ ਰੋਂਦੇ ਨੂੰ ਗਲਦਾਂ ਲਾਇਆ, ਕਹਿੰਦੇ ਪੁੱਤਰਾ ਪਾਪੀ ਕੇ ਮਾਰਨੇ ਕੋ ਪਾਪ ਮਹਾ, ਫਿਕਰ ਨਾ ਕਰ, ਥੋੜਾ ਜਿਹਾ ਉਨਾ ਰਹਿ ਗਿਆ ਚੰਦੂ ਦਾ ਪਾਪਾਂ ਦਾ ਘੜਾ, ਬਸ ਭਰਨ ਵਾਲਾ ਹੈ ਕਿ ਤੇਰੀਆਂ ਅੱਖਾਂ ਦੇ ਸਾਹਮਣੇ ਘੜੇ ਨੂੰ ਆਪਣੇ ਹੱਥੀ ਤੋੜਾਂਗੇ, ਗੱਜ ਕੇ ਆਖੋ ਸਤਨਾਮ। ਲਓ ਜੀ ਇੱਧਰ ਦੀਵਾਨ ਲੱਗਾ ਹੋਇਆ ਹੈ ਤੇ ਉੱਧਰ ਬਾਦਸ਼ਾਹ ਜਹਾਂਗੀਰ ਨੂੰ ਵੀਰਾ ਹੈ ਕਿ ਰਾਤ ਪੈਣ ਵਾਲੀ ਹੈ, ਸ਼ੇਰ ਫਿਰ ਜਾਵੇਗਾ, ਮੈਨੂੰ ਕਿਤੇ ਪੂਰੀ ਫੜ ਕੇ ਭਾਵਾਂ ਵਧੋੜੀ ਨਾ ਦੇਵੇ, ਰਾਤ ਨੂੰ ਨੀਂਦ ਨਹੀਂ ਦਿਨੇ ਚੈਨ ਨਹੀਂ। ਇੱਕ ਸਿਆਣਾ ਵਜ਼ੀਰ ਸੀ ਵਜ਼ੀਰ ਖਾਂ, ਲਾ ਕੇ ਸ਼ਾਹੀ ਪਰਵਾਨੇ ਦੇ ਉੱਤੇ ਮੋਹਰ ਤੇ ਗੁਰੂ ਕੀ ਸੰਗਤ ਸੁਣਕੇ ਮੋਤੀਆਂ ਦੇ ਥਾਲ ਭਰ ਕੇ ਤੇਜ ਘੋੜਿਆਂ ਦੇ ਉੱਤੇ ਅਸਵਾਰ ਕਰਕੇ ਉਹਨੂੰ ਦਿੱਲੀ ਤੋਂ ਗਵਾਲੀਅਰ ਨੂੰ ਤੋਰਿਆ ਹੈ। ਸੁਣਿਓ ਜ਼ਰਾ, ਇਹ ਲੈ ਕੇ ਸ਼ਾਹੀ ਰਿਹਾਈ ਦਾ ਹੁਕਮ, ਗਵਾਲੀਅਰ ਦੇ ਕਿਲੇ ਦਾ ਗੁਹਾ ਖੁੱਲਿਆ, ਸੋਹਣਿਆਂ ਦੇ ਸੁਲਤਾਨ ਸਤਿਗੁਰੂ ਤੁਹਾਡੇ ਵਾਂਗੂ ਸੰਗਤ ਵਿੱਚ ਤਖ਼ਤ ਉੱਤੇ ਬਹਿ ਕੇ ਸ਼ੋਭਾ ਪਾ ਰਹੇ ਆ, ਆਣ ਕੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਦਿੱਲੀ ਦੀ ਧਰਤੀ ਤੋਂ ਆਏ ਵਜ਼ੀਰ ਨੇ 6ਵੇਂ ਪਾਤਸ਼ਾਹ ਨੂੰ ਬਾਦਸ਼ਾਹ ਜਹਾਂਗੀਰ ਦੀ ਬੇਨਤੀ ਰਿਹਾਈ ਦਾ ਹੁਕਮ ਹੈ।
ਵਜ਼ੀਰ ਨੂੰ ਇਹ ਗੱਲ ਕਹਿ ਕੇ ਘੱਲੀ ਸੀ ਕਿ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਸਾਡੀ ਬੇਨਤੀ ਮੰਨ ਕੇ ਬਾਹਰ ਆਉਣੀ ਚਾਹੀਦੀ ਹੈ। ਰਾਤ ਪੈਣ ਵਾਲੀ ਹੈ, ਸ਼ੇਰ ਆਵੇਗਾ ਡਰਾਵੇਗਾ। ਕਹਿੰਦਾ ਮੁਦੇ ਤੋਂ ਆਪਣੋ ਨੇ ਲੁੱਟਾ ਗੈਰੋ ਨੇ ਕਹਾ ਦਾਂ ਥਾਂ ਦੇ ਕਿਸ਼ਤੀ ਥੀ ਵਹਾਂ ਡੁੱਬੀ ਜਹਾਂ ਪਾਣੀ ਕੰਮ ਥਾ ਰੋਪਿਆ ਰੁੱਖ ਪਹਾੜੇ ਵਿੱਚ ਦੇਖ ਦਸਤਾ ਤੱਕ ਜਗ੍ਹਾ ਨੂੰ ਲਾਇਆ ਤੇ ਆਪਣੇ। ਉਸ ਵੇਲੇ ਹਿੰਦੁਸਤਾਨ ਦੇ 22 ਧਾਰਾਂ ਦੇ ਉਹ ਰਾਜਪੂਤ ਰਜਵਾੜੇ ਰਾਜੇ ਜਿਹੜੇ ਸੀ ਨਾ ਉਹਨਾਂ ਦੀ ਗਿਣਤੀ ਸੀ 52। 52 ਦੇ 52 ਇੱਕ ਤਾਰਾ ਚੰਦ ਵਰਗੇ ਜਿਹੜੇ ਸੀ ਉਹ ਬਾਦਸ਼ਾਹ ਜਹਾਂਗੀਰ ਨੇ ਕਿਸੇ ਗਰਾਂ ਤੋਂ ਫੜ ਕੇ ਗਵਾਲੀਅਰ ਦੇ ਕਿਲੇ ਵਿੱਚ ਘੱਲੇ ਹੋਏ ਸੀ। ਤੇ ਗਵਾਲੀਅਰ ਕਿਲਾ ਜਿਹੜਾ ਸੀ ਉਹ ਮੌਤ ਦਾ ਇੱਕ ਅੱਡਾ ਸੀ। ਜਿਹੜਾ ਉੱਥੇ ਪਹੁੰਚ ਜਾਂਦਾ ਉਹਨੂੰ ਆਟਾ ਘੱਟ ਮਿਲਦਾ ਹੈ ਤੇ ਪੱਥਰ ਪੀਸੇ ਹੋਏ ਆਟੇ ਵਿੱਚ ਖਾਣ ਨੂੰ ਜ਼ਿਆਦਾ ਮਿਲਦੇ ਆ। ਪਹਿਲੀ ਗੱਲ ਤੇ ਖਾਣਾ ਤਾਂ ਨਾ ਬੰਦੇ ਨੂੰ ਮਾਰ ਦਿੰਦਾ, ਉੱਤੋਂ ਹਕੂਮਤ ਦੇ ਚਾਟਣਿਆਂ ਦੀ ਸ਼ੌਂਕਾਂ ਦੀ ਮਾਰ ਪੈਂਦੀ। ਇਹਨਾਂ ਰਾਜਿਆਂ ਦੀ ਹਾਲਤ ਜਿਹੜੀ ਇਹ ਬਲ ਤੋਂ ਵੀ ਬਦਤਰ ਹੋਈ ਇਹ ਬੁਰੀ ਹਾਲ। ਹਿੰਦੂ ਰਾਜੇ ਵਾਹ ਕਰਨਾ ਜਿਹੜਾ ਠੀਕਾ ਮਾਰਦੇ ਨੇ ਲੋਕ ਕਿ ਸਿੱਖ ਕੌਣ ਹੁੰਦੇ ਆ ਤੇ ਸਾਡੀ ਬਦਕਿਸਮਤੀ ਇਹ ਆ ਕਿ ਹਾਲੇ ਤੱਕ ਪਹਿਲਿਆਂ ਦਾ ਕਰਜ਼ਾ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਲੈਂਦਾ ਨਹੀਂ, ਇਲੈਕਸ਼ਨ ਫੇਰ ਆ ਜਾਂਦੀ ਹੈ ਉਹਨਾਂ ਦਾ ਧਿਆਨ ਤੇ ਉਧਰੇ ਲੱਗਾ ਰਹਿੰਦਾ। ਗੁਰੂ ਕੀ ਸੰਗਤ ਪ੍ਰਚਾਰ ਕਿਹਨੇ ਕਰਨਾ ਤੇ ਕਿਹਨੇ ਕਰਵਾਉਣਾ, ਜੇ ਪ੍ਰਚਾਰ ਕਰਦੇ ਨਹੀਂ ਤੇ ਅਮਲ ਨਹੀਂ। ਕਿਉਂਕਿ ਅਸੀਂ ਪ੍ਰਚਾਰ ਦੇ ਮੁੱਖ ਵਿੱਚੋਂ ਨਿਕਲੀ ਹੋਈ ਗੱਲ ਨੂੰ ਗੁਰੂ ਕੀ ਸੰਗਤ ਸੁਣਨਾ ਘੱਟ ਹੈ ਲੇਕਿਨ ਉਹਦੇ ਆਪਣ ਜਿਹੜੇ ਨੇ ਉਹਨੂੰ ਜ਼ਿਆਦਾ ਲੱਭਣਾ ਹੈ। ਗੱਜ ਕੇ ਆਖੋ ਸਤਨਾਮ, ਸਾਡਾ ਇਹ ਸੁਭਾਅ ਬਣ ਚੁੱਕਾ ਹੈ। ਫਿਰ ਕਹਿੰਦੇ ਜੀ ਦੁੱਖ ਸਤਾਉਂਦੇ ਆ, ਦੁੱਖਾਂ ਨੇ ਤੇ ਕਰਮਾਂ ਵਾਲੇ ਉਹ ਡੇਰੇ ਆਣ ਕੇ ਲਾਉਣੇ ਹੀ ਆ। ਜਿੰਨਾ ਚਿਰ ਇੱਕ ਦੂਜੇ ਦੀ ਨਿੰਦਿਆ ਚੁਗਲੀ ਈਰਖਾ ਸਾੜਾ ਖਤਮ ਕਰਕੇ ਆਹ ਭਾਵਨਾ ਮਨ ਵਿੱਚ ਨਹੀਂ ਲੈ ਕੇ ਆਉਂਦੇ ਲਵ ਇਜ਼ ਗੋਡ, ਗੋਡ ਜੀ ਲਵ ਪਿਆਰ, ਰੱਬ ਹੈ ਰੱਬ ਪਿਆਰ ਹੈ, ਧਿਆਨ ਦਿਓ ਦਾ। ਲਓ ਜੀ ਉਹ 52 ਰਾਜੇ ਬਾਦਸ਼ਾਹ ਜਹਾਂਗੀਰ ਨੇ ਕਿਹਾ ਸੀ ਪੰਜਵੇਂ ਗੁਰਾਂ ਨੂੰ 500 ਰੁਪਈਆ ਰੋਜ਼ ਦੇਣਾ ਹੈ ਖਾਣ ਪੀਣ ਵਾਸਤੇ ਤੇ ਸਤਿਗੁਰੂ ਲਈ ਖਾਣਾ ਗਵਾਲੀਅਰ ਦੇ ਵਿੱਚ ਸਿੱਖਾਂ ਦੇ ਘਰਾਂ ਤੋਂ ਬਣ ਕੇ ਆਉਂਦਾ ਹੈ, ਧਿਆਨ ਦਿਓ ਦਾ। ਉਹ 500 ਰੁਪਈਆ ਮਹਾਰਾਜ ਕਹਿੰਦੇ ਹਰੀਦਾਸ ਦਰੋਗੇ ਕਿਲੇਦਾਰ ਜਿਹੜਾ ਸਰਕਾਰ ਸਾਨੂੰ ਦਿੰਦੀ ਹੈ ਇਹਨਾਂ ਭੁੱਖਿਆਂ 52 ਰਾਜਿਆਂ ਨੂੰ ਦਵਾਈ ਲਿਆਣ ਕੇ ਦਿਓ ਤੇ ਰੋਟੀ ਪਾਣੀ ਇਹਨਾਂ ਨੂੰ ਖਵਾ ਦਿਓ, ਗੱਜ ਕੇ ਆਖੋ ਸਤਨਾਮ। ਜਦੋਂ ਪਤਾ ਲੱਗਾ ਨਾ ਉਹਨਾਂ ਨੂੰ ਕਿ ਮਹਾਰਾਜ ਤੇ ਰਿਹਾ ਹੋ ਕੇ ਤੁਰ ਚੱਲੇ ਆ, ਉਹਨਾਂ ਦੀਆਂ ਧਾਹਾਂ ਨਿਕਲ ਗਈਆਂ। ਉਧਰੋਂ ਗੱਲ ਰਿਹਾਈ ਦੀ ਸੁਣ ਕੇ ਤੇ ਰਾਜੇ ਹੋਏ ਇਕੱਠੇ ਸਾਰੇ ਆਣ ਭਾਈ, ਧਾਹਾਂ ਮਾਰ ਕੇ ਕਹਿੰਦੇ ਦਾਤਿਆ ਮੌਤ ਦੇ ਅੱਡੇ ਤੱਕ ਆਏ ਸਾਂ ਪਰ ਹੋ ਸਕਦਾ ਹੈ ਕਿ ਤੂੰ ਸਾਨੂੰ ਹੀ ਰਿਹਾ ਕਰਨ ਵਾਸਤੇ ਆਇਆ ਹੋਵੇ। ਧਿਆਨ ਦਿਓ ਤੇਰਾ ਬਾਣੀ ਨੇ ਇੱਕ ਗੱਲ ਕਹੀ ਹੈ, ਸਤਿਗੁਰੇ ਬੰਦੀ ਸ਼ੋਰ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਤੇ ਬਹੁਤੇ ਸਿੱਖ ਗੁਰੂ ਮਹਾਰਾਜ ਨੂੰ ਕਹਿੰਦੇ ਨੇ 52 ਰਾਜੇ ਛੁਡਾਏ ਸੀ ਤਾਂ ਬੰਦੀ ਛੋੜ ਕਹਿੰਦੇ ਆ। ਛੇਵੇਂ ਗੁਰੂ ਨੇ ਤੇ ਲੋਕਾਂ ਦੇ ਪ੍ਰਜਾਵਾਂ ਦੇ ਬੰਧਨ ਵੀ ਕੱਟੇ ਆ। ਕੱਲੇ 52 ਰਾਜਿਆਂ ਨੂੰ ਬੰਦੀ ਛੁਡਾ ਕੇ ਮਹਾਰਾਜ ਬੰਦੀ ਛੋੜ ਨਹੀਂ ਬਣੇ। ਇੱਕ ਸਮਰੱਥ ਗੁਰੂ ਵਿੱਚ ਇੰਨੀ ਪਾਵਰ ਹੈ ਕਿ ਜਮਾਂ ਦਾ ਪਤਾ ਹੋਇਆ ਮਨੁੱਖ ਵੀ ਗੁਰੂ ਛੁਡਾ ਦਿੰਦਾ। ਇਹ ਗੱਜ ਕੇ ਕਹਿ ਦਿਓ ਸਤਨਾਮ। ਹੁਣ ਜਦੋਂ ਰਾਜਿਆਂ ਨੇ ਤਰਲੇ ਦੇਖੇ ਤੇ ਛੇਵੇਂ ਪਾਤਸ਼ਾਹ ਚੌਂਕੜਾ ਮਾਰ ਕੇ ਬਹਿ ਗਿਆ। ਵਜ਼ੀਰ ਖਾਂ ਕਹਿੰਦਾ ਮਹਾਰਾਜ ਲਿਆ ਨਹੀਂ ਹੋਣਾ, ਜਾਓ ਜਾ ਕੇ ਵੱਡੇ ਬਾਦਸ਼ਾਹ ਨੂੰ ਕਹਿ ਦਿਓ ਜਿੰਨਾ ਚਿਰ ਤੱਕ 52 ਰਾਜਿਆਂ ਨੂੰ ਰਿਹਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਵੀ ਇੱਥੇ ਰਹਾਂਗੇ। ਉਹਨੇ ਘੋੜੇ ਭਜਾਏ, ਉਹ ਵੀ ਵਿਚਾਰਾ ਡਰਦਾ ਸੀ। ਓਹੋ ਰਾਤ ਪੈ ਗਈ, ਇਧਰ ਮੀਆਂ ਮੀਰ ਨੂੰ ਕਹਿੰਦਾ ਜੀ ਮੈਂ ਤੁਹਾਡੇ ਚਰਨਾਂ ਵਿੱਚ ਰਾਤ ਕੱਟਾਂਗਾ। ਉਹ ਸਿੱਖ ਸ਼ੇਰ ਬਣ ਕੇ ਆਉਂਦਾ ਹੈ, ਮੈਨੂੰ ਭਿਆਨਕ ਮੂੰਹ ਅੱਟ ਕੇ ਡਰਾਉਂਦਾ ਹੈ, ਗੱਜ ਕੇ ਆਖੋ ਸਤਨਾਮ। ਇਹਨਾਂ ਦੀ ਹਾਲਤ ਹੋ ਗਈ ਤੇ ਜਦੋਂ ਆਣ ਕੇ ਵਜ਼ੀਰ ਨੇ ਦੱਸਿਆ ਉਹ ਕਹਿੰਦਾ ਜਿੰਨੀ ਜਲਦੀ ਹੋ ਸਕਦਾ ਜਾਓ। ਪਰ ਉੱਥੇ ਇੱਕ ਰਾਜਨੀਤੀ ਵਰਤੀ ਕਿ ਗੁਰੂ ਦਾ ਬਚਨ ਵੀ ਮੰਨ ਲਈਏ ਤੇ ਇਹਨਾਂ ਰਾਜਿਆਂ ਦੀ ਵੀ ਖਲਾਸੀ ਸਾਰਿਆਂ ਦੀ ਨਾ ਹੋਵੇ, ਮੁੜ ਕੇ ਫੇਰ ਬਗਾਵਤ ਦਾ ਝੰਡਾ ਚੱਕਣਗੇ। ਦੋ ਜਕਾਰੇ ਅਸੀਂ ਤੁਹਾਡੇ ਕੋਲ ਚਾਹੁੰਦੇ ਹਾਂ, ਪਹਿਲਾ ਜਕਾਰਾ ਭਰਾਵਾਂ ਵੱਲੋਂ ਤੇ ਦੂਜਾ ਬੀਬੀਆਂ ਵੱਲੋਂ, ਇੱਕ ਇੱਕ ਜਕਾਰਾ ਸਿਰਫ। ਕਾਰਨ ਕੀ? ਇੱਕ ਤੇ ਦੀਵਾਲੀ ਅਮਲ ਹੋਣ ਲੱਗੀ ਏ, ਸਿੱਖ ਜਗਤ ਨੇ ਪਹਿਲੀ ਦੀਵਾਲੀ ਕਿੱਦਾਂ ਮਨਾਈ, ਤੇ ਦੂਜੀ ਗੱਲ ਕਰਮਾਂ ਵਾਲੇ ਉਹ ਬਲੀ ਦੇ ਉੱਤੇ ਨੇਕੀ ਜਿੱਤ ਪ੍ਰਾਪਤ ਕਰਨ ਲੱਗੀ ਏ, ਝੂਠ ਉੱਤੇ ਸੱਚ ਜਿੱਤਣ ਲੱਗਾ ਏ। ਪਹਿਲਾ ਜਕਾਰਾ ਵੀਰਾਂ ਵੱਲੋਂ ਲਾਓ।
ਤਿਆਰ ਬਣੀ ਆਇਆ ਕਦੇ ਲੁਧਿਆਣੇ ਜ਼ਿਲ੍ਹੇ ਵਿੱਚ ਜਾਇਓ ਬਹਾਦਰ ਪੰਜਾਬੀਓ ਆ ਗੱਲਾਂ ਸੁਣ ਕੇ ਇਹਨਾਂ ਤੇ ਅਮਲ ਕਰੋ ਪੰਜਾਬ ਜਿਉਂਦਾ ਗੁਣਾਂ ਦੇ ਨਾਂ ਤੇ ਦਿਹਾੜੀਆਂ ਜਿਹੜਾ ਉੱਥੇ ਨੇ ਇੱਥੇ ਤਾਣੀਆਂ ਇੱਥੇ ਆਈਆਂ ਨੇ ਕਰਮਾਂ ਵਾਲਿਓ ਵਾਹਿਗੁਰੂ ਕਿਰਪਾ ਕਰੇ ਤੇ ਤਾਣੀਆਂ ਨੂੰ ਪਾਣੀ ਜਿਹੜਾ ਉਹ ਜੜ੍ਹਾਂ ਤੋਂ ਹੀ ਮਿਲਦਾ ਹੁੰਦਾ ਇਹ ਗੱਜ ਕੇ ਕਹਿ ਦਿਓ ਸਤਨਾਮ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਭੁਲਾਣੀ ਕਲਾਂ ਦੇ ਪਿੰਡ ਦੇ ਗੁਰਦੁਆਰੇ ਵਿੱਚ ਉਹ ਚੋਲਾ ਛੇਵੇਂ ਪਾਤਸ਼ਾਹ ਦਾ ਹਜੇ ਵੀ ਮੌਜੂਦ ਪਿਆ ਜਾ ਕੇ ਦਰਸ਼ਨ ਕਰ ਲਿਓ ਡਿਸਟ੍ਰਿਕਟ ਲੁਧਿਆਣਾ ਪਿੰਡ ਭੁਲਾਣੀ ਕਲਾਂ ਮਸਤੂਆਣੇ ਦੇ ਲਾਗੇ ਪਿੰਡ ਹੈ ਇਹ ਪਿੰਡ ਦੇ ਗੁਰਦੁਆਰੇ ਦੇ ਵਿੱਚ ਉਹ 52 ਕਲੀਆਂ ਵਾਲਾ ਚੋਲਾ ਜਿਹੜਾ ਮੀਰੀ ਤੇ ਪੀਰੀ ਦੇ ਮਾਲਕ ਨੇ ਕੋਤਲ ਪਹਿਨਿਆ 52 ਕਲੀਆਂ ਵਾਲਾ ਚੋਲਾ ਪਹਿਨ ਕੇ ਇੱਕ ਇੱਕ ਰਾਜੇ ਨੂੰ ਇੱਕ ਇੱਕ ਕਲੀ ਫੜਾ ਕੇ ਗਵਾਲੀਅਰ ਦੇ ਕਿਲੇ ਵਿੱਚੋਂ ਸ਼ਾਨ ਨਾਲ ਮੇਰਾ ਦਾਦਾ ਰਿਹਾ ਹੋ ਕੇ ਬਾਹਰ ਆਇਆ ਬਾਬਾ ਮਹਾਰਾਜ ਨੇ ਕੀ ਲਿਆ ਹੋਣਾ ਸੀ ਉਹਨੇ ਗਿਆ ਹੀ ਰਾਜਿਆਂ ਦੀ ਬੰਦੀ ਛਡਾਉਣ ਵਾਸਤੇ ਸੀ ਆ ਗਿਆ ਦਿੱਲੀ ਪਾਤਸ਼ਾਹ ਦਾ ਦਰਬਾਰ ਲੱਗਾ ਸੀ ਮਹਾਰਾਜ ਪਹੁੰਚੇ ਦਰਬਾਰ ਦੇ ਵਿੱਚ ਝੁਕ ਗਿਆ ਚਰਨਾਂ ਦੇ ਉੱਤੇ ਅਕਬਰ ਦਾ ਜਾਇਆ ਬਾਦਸ਼ਾਹ ਜਹਾਂਗੀਰ ਮਿੱਤਰਤਾ ਦੀ ਗੱਲ ਕਰਨ ਲੱਗਾ ਪਰ ਛੇਵੇਂ ਪਾਤਸ਼ਾਹ ਦੇ ਮੱਥੇ ਦੇ ਉੱਤੇ ਤੀਵੀਆਂ ਨੇ ਕੰਬਦਾ ਕੰਬਦਾ ਆਣ ਕੇ ਕੋਲ ਕਹਿੰਦਾ ਮਹਾਰਾਜ ਇੱਕ ਬੇਨਤੀ ਆ ਤੁਸੀਂ ਆਏ ਗਵਾਲੀਅਰ ਦੇ ਕਿਲੇ ਵਿੱਚ ਤਪ ਕੀਤਾ ਉੱਥੋਂ ਵਾਪਸ ਮੁੜ ਕੇ ਆਏ ਹੁਣ ਤੁਸੀਂ ਅੰਮ੍ਰਿਤਸਰ ਪੰਜਾਬ ਨੂੰ ਚਲੇ ਜਾਣਾ ਇੱਕ ਬੇਨਤੀ ਆ ਜਾਂਦੇ ਜਾਂਦੇ ਮੇਰੇ ਤੇ ਕਰਮ ਕਰੋ ਤੈਨੂੰ ਵਾਸਤਾ ਜੇ ਤੇਰੇ ਵੱਡੇ ਗੁਰੂ ਦਾ ਮੀਰੀ ਪੀਰੀ ਵਾਲਿਆ ਜਾਂਦਾ ਜਾਂਦਾ ਇੱਕ ਨਿਸ਼ਾਨੀ ਦੇ ਕੇ ਜਾ ਗੱਲ ਧਿਆਨ ਨਾਲ ਸੁਣਨੀ ਮਹਾਰਾਜ ਨੇ ਵੇਖਿਆ ਵੀ ਲੋਹਾ ਤਪਿਆ ਏ ਹੁਣ ਸੱਟ ਮਾਰ ਗਈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸਾਡੇ ਪੰਜਵੇਂ ਗੁਰਾਂ ਦੀ ਮਾਲਾ ਉਹ ਕਿੱਥੇ ਪਈ ਆ ਚੰਦੂ ਲਾਲ ਦੇ ਟਰੰਕ ਦੇ ਵਿੱਚ ਪਈ ਆ ਚੰਦੂ ਲਾਲ ਨੇ ਟਰੰਕ ਪੇਟੀ ਵਿੱਚ ਰੱਖਿਆ ਘਰ ਹੈਗੀ ਚੰਦੂ ਲਾਲ ਦੇ ਚੰਦੂ ਉੱਥੇ ਬੈਠਾ ਸੀ ਦੁਨੀਆਂ ਦਾ ਕੋਈ ਰਾਜਾ ਮਹਾਰਾਜਾ ਪੰਜਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਮਾਲਾ ਦੇ ਮਣਕਿਆਂ ਨੂੰ ਘੁਮਾ ਕੇ ਪ੍ਰਭੂ ਦਾ ਸਿਮਰਨ ਕੀਤਾ ਉਹਦਾ ਮੁੱਲ ਨਹੀਂ ਜੇ ਦੇ ਸਕਦਾ ਧਿਆਨ ਦਿਓ ਉਹਦਾ ਬਾਦਸ਼ਾਹ ਜਹਾਂਗੀਰ ਜਦੋਂ ਪਤੀ ਕਵੀ ਦੇ ਉੱਤੇ ਦੁਸ਼ਮਣ ਨੇ ਮੇਰੇ ਬਾਪੂ ਨੂੰ ਬਿਠਾਇਆ ਸੀ ਧੱਕੇ ਨਾਲ ਗੱਲ ਵਿੱਚੋਂ ਮਾਲਾ ਲਾ ਲਈ ਟਰੰਕ ਵਿੱਚ ਲਪੇਟ ਕੇ ਉਹ ਟਰੰਕ ਪੇਟੀ ਵਿੱਚ ਰੱਖਿਆ ਹੈ ਤੇਰੇ ਘਰੋਂ ਮੰਗਵਾਲਾ ਤੇ ਸਾਡੇ ਵੱਲੋਂ ਤੈਨੂੰ ਤੋਹਾ ਹੋਇਆ ਗੱਜ ਕੇ ਆਖੋ ਸਤਨਾਮ ਲੋਹਾ ਤਪਿਆ ਇਹ ਸੱਟ ਮਾਰੀ ਇਹ ਗਿਆਨ ਦੀ ਪਾ ਕੇ ਮੱਥੇ ਦੇ ਵੱਟ ਕਹਿੰਦਾ ਕਿਉਂ ਇਹ ਚੰਦੂ ਲਾਲ ਲੱਗਾ ਬੱਕਰੇ ਵਾਂਗੂ ਮੈਂ ਉਹ ਕਹਿੰਦਾ ਹੁਣ ਮੈਂ ਨਹੀਂ ਬਸ ਇੱਥੇ ਬੰਦੇ ਦਾ ਪੁੱਤ ਬਣ ਕੇ ਬਹਿ ਜਾ ਜਾਓ ਜਾ ਕੇ ਘਰ ਦੀ ਤਲਾਸ਼ੀ ਲਵੋ ਟਰੰਕ ਵਿੱਚ ਲਪੇਟੀ ਹੋਈ ਕਰੋੜਾਂ ਦੀ ਅਰਬਾਂ ਦੀ ਖਰਬਾਂ ਦੀ ਔਰ ਦੁਨੀਆਂ ਨਾਲੋਂ ਮਹਿੰਗੀ ਮਾਲਾ ਪੰਜਵੇਂ ਗੁਰਾਂ ਦੀ ਭਰਿਆ ਦਰਬਾਰ ਵਿੱਚ ਲਿਆਣ ਕੇ ਚੰਦੂ ਦੇ ਪਾਪਾਂ ਦਾ ਭਾਂਡਾ ਫੋੜ ਦਿੱਤਾ ਮਹਾਰਾਜ ਕਹਿੰਦੇ ਲੈ ਬਾਦਸ਼ਾਹ ਸਾਡੇ ਵੱਲੋਂ ਮਾਲਾ ਤੇਰੀ ਹੋਈ ਕਹਿੰਦਾ ਸਤਿਗੁਰੂ ਜੇ ਇਹ ਗੱਲ ਹੈ ਨਾ ਤੇ ਫਿਰ ਜੋ ਕੁਝ ਕਰਵਾਇਆ ਇਸ ਪਾਪੀ ਨੇ ਕਰਵਾਇਆ ਮੇਰੇ ਵੱਲੋਂ ਚੰਦੂ ਤੁਹਾਡਾ ਹੋਇਆ ਗੱਜ ਕੇ ਆਖੋ ਸਤਨਾਮ ਉੱਠਿਆ ਫਿਰ ਜਗ ਸੂਰਮਾ ਬਾਬਾ ਬਿਧੀ ਚੰਦ ਸ਼ੀਨਾ ਹੌਸਲੇ ਨਾਲ ਸੁਣਿਓ ਗਾ ਮਹਾਰਾਜ ਨੇ ਕੀਤਾ ਇਸ਼ਾਰਾ ਉਹਨੇ ਤੇ ਇਸ਼ਾਰਾ ਵੀ ਨਹੀਂ ਡੀਕਿਆ ਇੱਕ ਪੈਣ ਦੇ ਦੋ ਪੈਣ ਦੇ ਤਿੰਨ ਪੈਣ ਦੇ ਅਰ ਹੋਇਆ ਜਾਂ ਉੱਥੇ ਹੀ ਕਰ ਦਿੱਤਾ ਬਾਬਾ ਜੇਠਾ ਉੱਠ ਕੇ ਕਹਿੰਦਾ ਉਹ ਨਾ ਪਾਪਾ ਵੀਰੀ ਕਹਿੰਦਾ ਵੇਖੀ ਕਦੇ ਇੱਥੇ ਨਾ ਮਿੱਟੀ ਦੇ ਵਿੱਚ ਇਹਨੂੰ ਬਦਲ ਦੇਣੀ ਇਹਨੂੰ ਤੇ ਅੰਮ੍ਰਿਤਸਰ ਲੈ ਕੇ ਚੱਲਣਾ ਬੰਨ ਕੇ ਪੁੱਠੀਆਂ ਮੁਸ਼ਕਾਂ ਉਹ ਭਰਾਓ ਸੱਚ ਜਿਹੜਾ ਇਹ ਝੂਠ ਉਹਦੇ ਜਿੱਤ ਪ੍ਰਾਪਤ ਕਰਕੇ ਡਾਂਗੇ ਦੀ ਚੋੜ ਲਾ ਕੇ ਦਿੱਲੀ ਤੋਂ ਪੰਜਾਬ ਦੀ ਧਰਤੀ ਨੂੰ ਤੁਰਿਆ ਜਦੋਂ ਮਹਾਰਾਜ ਚੰਦੂ ਦੀਆਂ ਮੁਸ਼ਕਾਂ ਬੰਨ ਕੇ ਅੰਮ੍ਰਿਤਸਰ ਲੈ ਕੇ ਆਏ ਉਧਰ ਕਰਮਾਂ ਵਾਲੇ ਉਹ ਦੀਵਾਲੀ ਸੀ 1,01,100 ਦੀਵਾ ਦੇਸੀ ਘਿਓ ਦਾ ਸੰਗਤਾਂ ਨੇ ਅੰਮ੍ਰਿਤਸਰ ਦੀ ਧਰਤੀ ਵਿੱਚ ਗੁਰੂ ਦੇ ਆਉਣ ਦੀ ਖੁਸ਼ੀ ਵਿੱਚ ਜਗਾਇਆ ਇਹ ਗੱਜ ਕੇ ਆਖੋ ਸਤਨਾਮ ਤੇ ਕਹਿੰਦੇ ਇਲੈਕਟ੍ਰਿਕ ਵਾਲੀ ਜਗਾ ਦਿਓ ਇਹ ਬੜੀ ਵੱਡੀ ਇੱਕ ਐਨਰਜੀ ਹੈ ਇਹਦੀਆਂ ਗੱਲਾਂ ਮੈਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਬਾਬਾ ਜਵਾਲਾ ਸਿੰਘ ਸਾਹਿਬ ਜੀ ਹਰਗੋਬਿੰਦ ਵਾਲੇ ਮਹਾਂਪੁਰਸ਼ ਅੰਗਰੇਜ਼ ਕਿਵੇਂ ਉਹਦੇ ਤੋਂ ਹਾਰ ਗਏ ਸੀ ਅੰਗਰੇਜ਼ਾਂ ਨੇ ਕਿਹਾ ਤੁਸੀਂ ਦੇਸੀ ਘਿਓ ਬਾਲੀ ਜਾਂਦੇ ਹੋ ਬਾਬਾ ਜੀ ਕਹਿੰਦੇ ਕੀ ਬਾਲੀਏ ਚੰਨ ਕਰਨਾ ਹੈ ਕਹਿੰਦਾ ਮਿੱਟੀ ਦੇ ਤੇਲ ਦਾ ਦੀਵਾ ਮਹਾਂਪੁਰਸ਼ ਕਹਿੰਦੇ ਇਹਨੂੰ ਬੰਦ ਕਰ ਦਿੰਦੇ ਆਪਾਂ ਮਿੱਟੀ ਦੇ ਤੇਲ ਦਾ ਦੀਵਾ ਲਗਾ ਦਿੰਦੇ ਹਾਂ 15 ਮਿੰਟਾਂ ਵਿੱਚ ਹੀ ਬੁਰਾ ਹਾਲ ਹੋ ਗਿਆ ਤੇ ਅੰਗਰੇਜ਼ ਖਾਉਂ ਖਾਉਂ ਕਰੇ ਬਾਬਾ ਜੀ ਕਹਿੰਦੇ ਹੁਣ ਕਰੀਏ ਬੰਦ ਕਹਿੰਦਾ ਜੀ ਕਰੋ ਕਹਿੰਦੇ ਹੁਣ ਦੇਸੀ ਘਿਓ ਦਾ ਜਗਾਈਏ ਜਿਹੜੇ ਵਾਇਰਸ ਉਹਨੇ ਮਿੱਟੀ ਦੇ ਤੇਲ ਦੇ ਦੀਵੇ ਨੇ ਛੱਡੇ ਨਾ ਦੇਸੀ ਘਿਓ ਦੇ ਵਿੱਚੋਂ ਲੱਤਾਂ ਨਿਕਲੀਆਂ ਉਹਨਾਂ ਵਾਇਰਸਾਂ ਨੂੰ ਵੀ ਖਾ ਗਈਆਂ ਕਮਰੇ ਵਿੱਚ ਇੰਨੀ ਆਕਸੀਜਨ ਪੈਦਾ ਕਰ ਦਿੱਤੀ ਅੰਗਰੇਜ਼ ਜਿਹੜਾ ਉਹ ਸ਼ਰਮਸ਼ਾਰ ਹੋ ਕੇ ਬਾਬੇ ਦੇ ਚਰਨਾਂ ਦੇ ਢਹਿ ਗਿਆ ਗੱਜ ਕੇ ਆਖੋ ਸਤਨਾਮ ਤੇ ਅੱਜ ਬਹੁਤੇ ਕਹਿੰਦੇ ਜੀ ਜੋਤ ਨਹੀਂ ਜਗਾਉਣੀ ਚਾਹੀਦੀ ਵਾਪ ਕਰਿਓ ਇਹ ਜਿਹੜੀਆਂ ਗੁਰੂਆਂ ਨੇ ਮਰਜ਼ਾਦਾ ਬਣਾਈਆਂ ਖੈਰ ਮੈਂ ਇੱਧਰ ਨਾ ਜਾਵਾਂ ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ ਲਓ ਜੀ ਇੱਥੇ ਮਨਾ ਕੇ ਦਿਵਾਲੀ ਆਤਿਸ਼ਬਾਜੀ ਘੋੜ ਸਵਾਰੀ ਨੇਕੇ ਕਰੀ
12 ਸਾਲ ਹੋ ਗਏ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਹੋਇਆ। ਹੁਣ ਇੱਕ ਢਾਡੀ ਕਲਾ ਦੀ ਬਣਗੀ ਕਹਿਣ ਲੱਗੇ ਆ, 12 ਸਾਲ ਪਿੱਛੋਂ ਫੇਰ ਅੱਖੀ ਮੇਰੀਆਂ ਉਹ ਹੀ ਵੇਖਿਆ ਲਾਹੌਰ ਦਾ ਬਾਜ਼ਾਰ। ਉਹ ਲਾਹੌਰ ਦਾ ਬਾਜ਼ਾਰ ਉਹ ਕਿੱਥੇ ਤੱਤੀਆਂ ਲੋਹਾਂ ਦੇ ਉੱਤੇ ਬੈਠ ਕੇ ਤਪ ਕੀਤਾ ਸੀ ਰੱਬੀ ਅਵਤਾਰ, ਉਸੇ ਥਾਂ ਤੇ ਲਿਆਂਦਾ ਚੰਦੂ ਲਾਲ ਨੂੰ ਗਲ ਗਲ ਛਤਰਾਂ ਦਾ ਹਾਰ। ਲੋ ਸੁਣਿਓ, ਢਾਡੀ ਵੀਰ ਕਹਿੰਦੇ ਨੇ, ਮਨਾ ਕੇ ਦਿਵਾਲੀ ਦੀ ਧੌਣ ਉੱਤੇ ਦੇ ਤੇ ਕੋਟਾ ਬਾਬੇ ਗਿਰੀ ਚੰਦ ਭਾਈ ਜੇਠੇ ਤੇ ਭਾਈ ਪੁਰਾਣੇ ਨੇ ਹਰਪਾਈ ਨੱਕ ਵਿੱਚ ਨੱਥ। ਨੱਥ ਤੋਂ ਬਾਬੇ ਗਿਰੀ ਚੰਦ ਨੇ ਫੜ ਲਿਆ, ਮਾਫ਼ ਕਰਨਾ ਗੁਰੂ ਕੀ ਸੰਗਤ ਦੇ ਗਲ ਵਿੱਚ ਛਤਰਾਂ ਦਾ ਹਾਰ ਲੈ ਆਉਂਦਾ ਉਸੇ ਲਾਹੌਰ ਵਿੱਚ। ਇੱਕ ਵਾਰੀ ਅੱਖ ਪੱਟ ਕੇ ਚੰਦੂ ਵੇਖਦਾ ਲਾਹੌਰ ਦੀਆਂ ਗਲੀਆਂ ਕੰਬਣ ਲੱਗ ਪੈਂਦੀਆਂ, ਲੋਕਾਂ ਦੇ ਛਤਰ ਬੰਦ ਹੋ ਜਾਂਦੇ। ਅੱਜ ਚੰਦੂ ਦੀ ਹਾਲਤ ਵੇਖੀਏ, ਛਤਰ ਪੈਂਦੇ ਨੇ ਬੁਰੀ ਹਾਲਤ। ਉਹ ਗਰਦਤਾ ਪਠਿਆਰਾ ਕੰਨ ਤਲ ਕਿੱਲੀ ਗੱਡ ਕੇ ਜਿਹੜੇ ਖੁਰਪੇ ਨਾਲ ਮਾਰੇ ਦੇ ਉੱਤੇ ਰੇਤੋ ਪਾਉਂਦਾ ਸੀ ਨਾ, ਉਹਨੂੰ ਉਹ ਕਿੱਲੀ ਨਾਲ ਟੰਗਿਆ ਹੋਇਆ। ਭੈਣਾਂ ਘਰਵਾਲੀ ਕਹਿੰਦੀ, ਕਿਉਂ ਰੋਨਾ ਹੈ, ਕਿਉਂ ਰੋਨਾ ਹੈ? ਕਹਿੰਦਾ ਮੈਂ ਅਰਦਾਸਾਂ ਕਰਦਾ ਹੈ ਕੜਛੇ ਵੱਲ ਵੇਖ ਕੇ। ਉਹ ਦੁਨੀਆਂ ਦੇ ਮਾਲਕਾ ਪਾਪੀ ਕਹਿੰਦਾ ਸੀ ਤੇਰੇ ਬੱਚਿਆਂ ਨੂੰ ਕੋਲੂ ਵਿੱਚ ਪੀੜ ਦਿਆਂਗਾ ਜੇ ਖੁਰਪੇ ਨਾਲ ਗੁਰੂ ਦੇ ਸੀਸ ਉੱਤੇ ਰੇਤਾਂ ਨਾ ਪਾਈ। ਘਰਵਾਲੀ ਕਹਿੰਦੀ, ਚਾਹੁੰਦਾ ਕੀ ਹੈ? ਕਹਿੰਦਾ ਇਹ ਚਾਹੁੰਦਾ ਕਿ ਦੁਸ਼ਟ ਦੇ ਨੱਕ ਵਿੱਚ ਨਕੇਲ ਹੋਵੇ, ਗੁਰੂ ਹਰਗੋਬਿੰਦ ਨੂੰ ਲੈ ਕੇ ਮੇਰੇ ਦਰਵਾਜ਼ੇ ਤੇ ਆਉਣ, ਮਾਰ ਕੇ ਉਹ ਖੁਰਪਾ ਦੇ ਸਿਰ ਵਿੱਚ ਉਹਦੇ ਪਾਪਾਂ ਦਾ ਅੰਤ ਕਰ ਦੇਵਾਂ, ਪਾਪਾਂ ਦਾ ਭੋਗ ਪਾ ਦੇਵਾਂ। ਉਹਨੇ ਚਿਰ ਨੂੰ ਚੰਦੂ ਗਵਾਹੇ ਗੁਜਰ ਦਿੱਤੇ ਨੇ, ਬੱਚੇ ਘਰੇ ਆਏ। ਕਹਿੰਦੇ ਮਾਂ ਆਪਣੀ ਗਲੀ ਵਿੱਚ ਢੋਲ ਵੱਜਦਾ, ਇੱਕ ਬੰਦੇ ਨੂੰ ਨਾ ਨੱਕ ਤੋਂ ਫੜ ਕੇ ਨਿੱਕੇ ਨਿੱਕੇ ਧੀਆਂ ਪੁੱਤਰ, ਲਓ ਜੀ ਚਾਹ ਕਰ ਗਿਆ। ਉਹ ਕਹਿੰਦੀ, ਰੱਬ ਨੇ ਤੇਰੀ ਸੁਣ ਲਈ, ਪੈਰ ਦੀਆਂ ਗਰਦਤੇ ਪਠਿਆਰੇ ਦੇ ਮੱਥੇ ਉੱਤੇ ਤਿਉੜੀਆਂ ਲਾ ਕੇ ਕਿੱਲੀ ਨਾਲ ਖੁਰਪਾ ਆ ਗਿਆ ਬਾਜ਼ਾਰ ਦੇ ਵਿੱਚ। ਜਦੋਂ ਚੰਦੂ ਨੂੰ ਲੈ ਕੇ ਬਾਬਾ ਗਿਰੀ ਚੰਦ ਦੇ ਦਰਵਾਜ਼ੇ ਤੇ ਆਇਆ, ਮਾਰ ਕੇ ਸਿਰ ਵਿੱਚ ਖੁਰਪਾ ਉਹਦੇ ਪਾਪਾਂ ਦਾ ਅੰਤ ਕਰਕੇ ਝੂਠ ਤੇ ਸੱਚ ਦੀ ਜਿੱਤ ਐਵੇਂ ਕਰਕੇ ਵਿਖਾ ਦਿੱਤੀ ਬਈ। Thank you.
ਕਰਮਾਂ ਵਾਲਿਓ ਦੀਵਾਲੀ ਨੂੰ ਅਮਰ ਕਰਨ ਦਾ ਇਤਿਹਾਸ ਔਰ ਝੂਠ ਤੇ ਸੱਚ ਦੀ ਜਿੱਤ ਸਮਾਂ ਆਗਿਆ ਨਹੀਂ ਦਿੰਦਾ। ਸਾਰੇ ਜਿਹੜੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।